ਜਿਸ ਖਾਲਸਾ ਬਾਰਡਰ ਦੇ ਉੱਤੇ ਉਹ ਬਾਰਡਰ ਫਿਲਮ ਦੇ ਅਸਲੀ ਨਾਇਕ ਦੋ ਸਿਪਾਹੀ ਸਾਡੇ ਕੋਲ ਖੜੇ ਆ ਜਿਨ੍ਹਾਂ ਨੇ ਉਹ ਜੰਗ ਲੜੀ ਸੀ ਤੇ ਜੰਗ ਦੇ ਵਿੱਚ ਜਿਹੜੇ ਪਾਕਿਸਤਾਨੀ ਫੌਜਾਂ ਚੜ੍ਹ ਕੇ ਆਈਆਂ ਸੀ ਉਹਨਾਂ ਦੇ ਮੂੰਹ ਮੋੜੇ ਸੀ। ਇਹ ਬਾਰਡਰ ਜਿਹੜਾ ਹੈ ਇਹਦੇ 'ਤੇ ਆਣ ਕੇ ਅਸੀਂ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ। ਅਸੀਂ ਉਸ ਖਾਲਸੇ ਨੂੰ ਯਾਦ ਕਰ ਰਹੇ ਹਾਂ ਅੰਗਰੇਜ਼ਾਂ ਨੇ ਵੀ ਆਪਣੀ ਪੂਛ ਦਬਾ ਕੇ ਸੰਧੀ ਕੀਤੀ ਸੀ ਮਹਾਰਾਜਾ ਨਾਲ। ਉਹਨਾਂ ਨੂੰ ਪਤਾ ਸੀ ਵੀ ਮਹਾਰਾਜਾ ਦਾ ਰਾਜ ਹੈ, ਸਾਨੂੰ ਇਹਨਾਂ ਨੇ ਕੁਸਕਣ ਨਹੀਂ ਦੇਣਾ। ਇਸ ਕਰਕੇ ਉਹਨਾਂ ਮਹਾਰਾਜਾ ਨਾਲ ਸੰਧੀ ਕੀਤੀ ਸੀ ਵੀ ਅਸੀਂ ਇੱਧਰ ਨਹੀਂ ਆਉਂਦੇ, ਤੁਸੀਂ ਇੱਧਰ ਨਾ ਆਇਓ। ਅਤੇ ਝੰਡਾ ਜਿਹੜਾ ਬਹੁਤ ਸਾਲਾਂ ਤੋਂ ਜਦੋਂ ਜਾ ਰਿਹਾ। ਸਰਦਾਰ ਸਾਹਿਬ, ਸਨਮਾਨ ਜਿਹੜਾ ਇੱਕ ਫੌਜੀ ਦਾ ਹੋਣਾ ਚਾਹੀਦਾ ਸੀ, ਜਿਹੜੀ ਜੰਗ ਤੁਸੀਂ ਲੜੀ, ਦੇਸ਼ ਨੂੰ ਜਿੱਤ ਦਵਾਈ, ਉਹ ਸਨਮਾਨ ਮਿਲਿਆ ਤੁਹਾਨੂੰ? ਨੋ, ਨੈਵਰ। ਉਹਨਾਂ ਨੇ ਪੁੱਛਿਆ ਤੱਕ ਨਹੀਂ ਗਏ ਨੇ, ਹਾਲਾਂਕਿ ਜਿਹੜੀ ਫਿਲਮ ਬਣਾਈ ਉਹਦੇ 'ਚ ਸਾਨੂੰ ਮਾਰਿਆ ਵੀ ਇੰਨੇ ਬੰਦੇ ਮਰ ਗਏ। ਨਹੀਂ, ਉੱਥੇ ਸ਼ਹੀਦ ਹੋਏ ਫੌਜੀ ਆਪਣੇ? ਨਹੀਂ, ਉਹਦੇ 'ਚ ਦਿਖਾਏ ਵੀ ਕਾਫੀ ਮਰ ਗਏ, ਲੇਕਿਨ ਕੈਜੂਅਲਟੀਆਂ ਹੋਈਆਂ ਸਿਰਫ 3। ਮਤਲਬ ਫਿਲਮ ਦੇ ਵਿੱਚ ਮਸਾਲਾ ਲਾ ਕੇ ਦਿਖਾ ਦਿੱਤੀ ਫਿਲਮ, ਸੱਚਾਈ ਦਿਖਾਈ ਹੋਣੀ ਜੀ? ਮੈਂ ਕਿਹਾ ਜੀ ਦੇਗੀ ਮਿਰਚਾਂ ਔਰ ਬਾਕੀ ਸਾਰਾ ਸਮਾਨ ਲਾਇਆ ਵਾ। ਖਾਲਸੇ ਦਾ ਰਾਜ ਜਿਵੇਂ ਗੁਰੂ ਗੋਬਿੰਦ ਸਿੰਘ ਦਾ ਮੈਂ ਪੜ੍ਹਿਆ ਵੀ ਸੀ, ਉਹਨਾਂ ਦਾ ਉਹਨਾਂ ਦੀ ਵੀ ਆਕਾਸ਼ਵਾਣੀ ਸੀ ਵੀ ਸਿੱਖ ਰਾਜ ਆਊਗਾ, ਔਰ ਅਸੀਂ ਚਾਹੁੰਦੇ ਹਾਂ ਵੀ ਸਿੱਖ ਰਾਜ ਉਹ ਹੀ ਆਵੇ ਜਿਵੇਂ ਗੁਰੂ ਗੋਬਿੰਦ ਸਿੰਘ ਦਾ ਰਾਜ ਸੀ ਔਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਸਾਡੇ ਵਾਲਾ ਤੋਂ ਸਿੱਖਾਂ ਦੀ ਕੰਪਨੀ ਨੂੰ, ਅਲਫਾ ਕੰਪਨੀ 23 ਪੰਜਾਬ ਨੂੰ ਹੁਕਮ ਮਿਲਿਆ ਵੀ ਤੁਸੀਂ ਲੌਂਗੇ ਵਾਲਾ ਪੋਸਟ 'ਤੇ ਜਾਣਾ। ਉਹਦਾ ਰੀਜ਼ਨ ਇਹ ਸੀ, 65 ਦੇ ਵਿੱਚ ਪਾਕਿਸਤਾਨ ਦਾ ਉੱਥੇ ਇੱਕ ਬ੍ਰਿਗੇਡ ਹੈੱਡਕੁਆਰਟਰ ਸਟੈਬਲਿਸ਼ ਕੀਤਾ ਸੀ ਉਹਨਾਂ ਨੇ ਇਹ ਕੈਪਚਰ ਕਰ ਲਈ ਸੀ। ਫਿਰ ਇਹਨਾਂ ਦੀ ਹੋ ਸਕਦਾ ਕੋਈ ਸਰਕਾਰ ਦੀ ਸਕੀਮ ਹੋਵੇ ਵੀ ਸਿੱਖਾਂ ਦੀ ਕੰਪਨੀ ਨੂੰ ਕਿਉਂ ਨਾ ਉੱਥੇ ਭੇਜਿਆ ਜਾਏ। ਸਾਨੂੰ ਉੱਥੇ ਡਿਪਲੋਏ ਕਰਤਾ, ਮੈਂ ਕਲੈਨਿਕਲ ਕੋਰਟ ਦਾ ਕਰਕੇ ਕਲਰਕ ਜਾਂਦੇ ਨੇ ਲੜਾਈ 'ਚ। ਹਾਂ, ਕਿੱਦਾਂ ਚੱਲ ਗਏ ਜੀ ਤੁਸੀਂ? ਮੈਂ ਆਪ ਗਿਆ ਵੀ ਮੈਂ ਜਾਣਾ ਜਵਾਨਾਂ ਦੇ ਨਾਲ। ਜਦ ਉਹਨਾਂ ਨੇ ਆਪਣੇ ਆ ਸਾਡੇ 'ਤੇ ਅਟੈਕ ਕੀਤਾ, ਸਾਡੇ ਜਵਾਨਾਂ ਨੇ ਫੈਰ ਇੰਨਾ ਕੀਤਾ ਹੈ, ਪੋਸਟ ਦੇ ਲਾਗੇ ਨਹੀਂ ਲੱਗਣ ਦਿੱਤਾ ਕੋਈ, ਕਿਸੇ ਕੋਈ ਦੁਸ਼ਮਣ ਨਹੀਂ ਆਇਆ ਸਾਡੇ ਲਾਗੇ। ਜਦੋਂ ਪਤਾ ਹੋਵੇ ਵੀ ਸਾਹਮਣੇ ਇੰਨੀ ਫੌਜ ਹੈ ਜੀ, ਅਸੀਂ ਲਿਮਿਟਡ ਬੰਦੇ ਹਾਂ, ਮੌਤ ਦਾ ਪੱਕਾ ਇਹ ਹੋਵੇ ਵੀ ਇੱਥੇ ਲੜਾਈ ਮਰਨ ਦੀ ਵੀ ਹੋ ਸਕਦੀ ਆ, ਸਿੱਧੀ ਲੜਾਈ ਹੈ ਜੀ, ਤਾਂ ਫਿਰ ਪਿੱਛੋਂ ਕੋਈ ਹੁਕਮ ਨਹੀਂ, ਛੱਡ ਕੇ ਆ ਜਾਓ ਪਿੱਛੇ, ਕੋਈ ਗੱਲ ਨਹੀਂ, ਆਪਾਂ ਜਾਨਾਂ ਨਹੀਂ ਗਵਾਉਣੀ। ਸਾਡੇ ਜਵਾਨਾਂ ਨੂੰ ਇਹ ਸੀ ਵੀ ਜਾਂ ਤਾਂ ਇਹ ਹੈ ਨਹੀਂ ਤਾਂ ਫਿਰ ਜਾਣ ਸੀ, ਟੈਂਕ ਵੀ ਇਹਨੇ ਆਣ ਕੇ ਕੈਪਚਰ ਕੀਤੇ ਆ, ਹੁਣ ਮੇਰੇ ਕੋਲ ਹੈ ਨਹੀਂ, ਮੈਂ ਉਹਦੇ ਤੋਂ ਢੋਲੀ ਵੀ ਕੱਢੀ ਜਿਹਦੇ 'ਚੋਂ ਘਿਓ ਲੈ ਕੇ ਆਏ ਸੀ, ਉਹਨਾਂ ਦੀਆਂ ਹਰੀਆਂ ਮਿਰਚਾਂ ਇਸ ਤਰ੍ਹਾਂ ਸੀ ਜਿਵੇਂ ਹੁਣੇ ਤੋੜ ਕੇ ਲਿਆਏ ਹੋਣ। ਉਸ ਟਾਈਮ ਸਾਡੇ ਇੱਕ ਨੈਵਜ਼ੋਰ ਮਲਕੀਤ ਸਿੰਘ ਅਤੇ ਸਰਵਣ ਦਾਸ ਉਹ ਸਾਡੇ ਪੋਸਟਾਂ 'ਤੇ ਆ ਕੇ ਸਾਨੂੰ ਉਹ ਕਥਾ ਵਾਰਤਾ ਸੁਣਾਉਂਦੇ ਹੁੰਦੇ ਸੀ, ਵਾਰਾਂ ਸੁਣਾਉਂਦੇ ਹੁੰਦੇ ਸੀ, ਉਹਨਾਂ ਨੂੰ ਪੜ੍ਹ ਕੇ ਸੁਣ ਕੇ ਮੁਰਦੀਆਂ ਰੂਹਾਂ ਦੇ ਵਿੱਚ ਵੀ ਜਾਨ ਆ ਜਾਂਦੀ ਹੈ। ਸਭ ਤੋਂ ਅੱਜ ਤੱਕ ਹਿੰਦੁਸਤਾਨ ਦਾ ਵਧੀਆ ਰਾਜ ਜਿਹੜਾ ਰਿਹਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਿਹਾ, ਉਸ ਤਰ੍ਹਾਂ ਦਾ ਕੋਈ ਰਾਜ ਅੱਜ ਤੱਕ ਨਹੀਂ ਹੋਇਆ, ਨਾ ਮੁਸਲਮਾਨ ਨਾ ਹਿੰਦੂ ਨਾ ਸਿੱਖ, ਕੋਈ ਮਾੜਾ ਨਹੀਂ, ਇਹ ਸੋਚ ਮਾੜੀ ਹੈ। ਕਹਿੰਦੇ ਫਲਾਣਾ ਬੰਦਾ ਨਸ਼ਾ ਖਾ ਕੇ ਮਰ ਗਿਆ, ਅਸੀਂ ਕਹਿੰਦੇ ਵੀ ਵੇਚਣ ਵਾਲਾ ਵੇਚੀ ਜਾਵੇ, ਤੁਸੀਂ ਨਾ ਖਾਓ ਤੁਹਾਡੇ ਮੂੰਹ 'ਚ ਨੂੰ ਪਾ ਕੇ ਜਾਂਦੇ। ਸਤਿ ਸ਼੍ਰੀ ਅਕਾਲ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ, ਮੈਂ ਸਤਨਾਮ ਸਿੰਘ ਆ। ਇਸ ਸਮੇਂ ਉਸ ਬਾਰਡਰ ਦੇ ਉੱਤੇ ਖੜੇ ਹਾਂ ਜਿਹੜਾ ਕਿ ਕਿਸੇ ਸਮੇਂ ਸਿੱਖ ਰਾਜ ਦਾ ਬਾਰਡਰ ਹੁੰਦਾ ਸੀ, ਇੱਕ ਨਿਸ਼ਾਨ ਅਸ਼ਟ ਧਾਤੂ ਦੇ ਸਥਾਨ ਦੇ ਉੱਤੇ ਲੱਗਿਆ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਲਾਰਡ ਵਿਲੀਅਮ ਬੈਂਟਿਕ ਦੇ ਨਾਲ ਸੰਧੀ ਹੋਈ ਸੀ।
ਤੇ ਇੱਕ ਬਾਰਡਰ, ਇਹ ਖਾਲਸੇ ਦਾ ਬਾਰਡਰ ਹੈ। ਇੱਕ ਬਾਰਡਰ ਤੁਸੀਂ ਫਿਲਮ ਦੇਖੀ ਹੋਵੇਗੀ, ਜਿਹੜੀ ਫਿਲਮ ਦੇ ਵਿੱਚ ਸਿੱਖਾਂ ਨੇ ਪਾਕਿਸਤਾਨ ਦੀਆਂ ਫੌਜਾਂ ਦੇ ਛੱਕੇ ਛੜਾਏ ਸੀ, ਤੇ ਅੱਜ ਇਸ ਖਾਲਸਾ ਬਾਰਡਰ ਦੇ ਉੱਤੇ ਉਹ ਬਾਰਡਰ ਫਿਲਮ ਦੇ ਅਸਲੀ ਨਾਇਕ ਦੋ ਸਿਪਾਹੀ ਸਾਡੇ ਕੋਲ ਖੜੇ ਆ, ਜਿਨ੍ਹਾਂ ਨੇ ਉਹ ਜੰਗ ਲੜੀ ਸੀ ਤੇ ਜੰਗ ਦੇ ਵਿੱਚ ਜਿਹੜੇ ਪਾਕਿਸਤਾਨੀ ਫੌਜਾਂ ਚੜ ਕੇ ਆਈਆਂ ਸੀ ਉਹਨਾਂ ਦੇ ਮੂੰਹ ਮੋੜੇ ਸੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਦੇਖਦੇ ਹੋ ਜੀ, ਉਹ ਵੀ ਬਾਰਡਰ ਸੀ ਜਿੱਥੇ ਤੁਸੀਂ ਲੜਾਈ ਲੜੀ, ਫਿਲਮਾਂ ਬਣ ਗਈਆਂ ਮੂੰਹ ਮੋੜ ਤੇ ਫੌਜਾਂ ਦੇ, ਅੱਜ ਇਸ ਬਾਰਡਰ ਤੇ ਆਏ ਹੋ, ਅੱਜ ਇਸ ਬਾਰਡਰ ਤੇ ਆ ਕੇ ਕਿੱਦਾਂ ਦਾ ਮਹਿਸੂਸ ਕਰ ਰਹੇ? ਇਹ ਬਾਰਡਰ ਜਿਹੜਾ ਹੈ ਇਹਦੇ ਤੇ ਆਣ ਕੇ ਅਸੀਂ ਬਹੁਤ ਖੁਸ਼ੀ ਮਹਿਸੂਸ ਕਰਦੇ ਹਾਂ। ਅਸੀਂ ਉਸ ਖਾਲਸੇ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਖਾਲਸਿਆਂ ਨੇ ਇੱਥੇ ਐਸੀ ਲੜਾਈ ਲੜੀ, ਐਸੀਆਂ ਤੇਗਾਂ ਮਾਰੀਆਂ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ, ਸਿੰਘ ਅੰਗਰੇਜ਼ਾਂ ਨੇ ਜੋ ਇਹਨਾਂ ਨੇ ਸੰਧੀ ਕੀਤੀ ਸੀ, ਅੰਗਰੇਜ਼ਾਂ ਨੇ ਵੀ ਆਪਣੀ ਪੂਛ ਦਬਾ ਕੇ ਸੰਧੀ ਕੀਤੀ ਸੀ ਮਹਾਰਾਜਾ ਨਾਲ। ਉਹਨਾਂ ਨੂੰ ਪਤਾ ਸੀ ਵੀ ਮਹਾਰਾਜਾ ਦਾ ਰਾਜ ਹੈ, ਸਾਨੂੰ ਇਹਨਾਂ ਨੇ ਕੁਸਕਣ ਨਹੀਂ ਦੇਣਾ। ਜਿਵੇਂ ਸ਼ੇਰ ਬਿੱਲੀ ਨੂੰ ਮਾਰ ਦਿੰਦਾ ਨਾ, ਉਵੇਂ ਸਾਨੂੰ ਸਿੰਘਾਂ ਨੇ ਮਾਰ ਦੇਣਾ। ਅੰਗਰੇਜ਼ਾਂ ਨੂੰ ਇਹ ਪਤਾ ਸੀ, ਇਸ ਕਰਕੇ ਉਹਨਾਂ ਮਹਾਰਾਜਾ ਨਾਲ ਸੰਧੀ ਕੀਤੀ ਸੀ ਵੀ ਅਸੀਂ ਇੱਧਰ ਨਹੀਂ ਆਉਂਦੇ, ਤੁਸੀਂ ਇੱਧਰ ਨਾ ਆਇਓ। ਅਤੇ ਝੰਡਾ ਜਿਹੜਾ ਬਹੁਤ ਸਾਲਾਂ ਤੋਂ ਜਦ ਤੋਂ ਜਾਗ ਰਿਹਾ, ਇਹ ਜਿਹੜੀ ਹੁਣ ਚੱਲ ਰਿਹਾ ਪ੍ਰੋਗਰਾਮ, ਇਹ ਆ ਵੀ ਇਹ ਖਾਲਸਾ ਰਾਜ ਦੀ ਇੱਕ ਕਿਸਮ ਦਾ ਨਹੀਂ ਆ। ਪਹਿਲਾਂ ਵੀ ਇਹ ਚੌਕੀ ਸੀ, ਉਹਨਾਂ ਦੇ ਰਾਜ 'ਚ ਵੀ ਅੰਗਰੇਜ਼ਾਂ ਦਾ ਰਾਜ, ਜਦ ਮਹਾਰਾਜਾ ਦਾ ਰਾਜ ਸੀ ਉਦੋਂ ਵੀ ਚੌਕੀ ਸੀ, ਅਤੇ ਹੁਣ ਤਾਂ ਵੱਡਾ ਬਾਰਡਰ ਬਣੂਗੀ ਜੇ। ਹੁਣ ਇਹ ਵੱਡਾ ਬਾਰਡਰ ਬਣ ਚੁੱਕੀ ਹੈ ਖਾਲਸੇ ਦਾ ਰਾਜ। ਜਿਵੇਂ ਗੁਰੂ ਗੋਬਿੰਦ ਸਿੰਘ ਦਾ ਮੈਂ ਪੜ੍ਹਿਆ ਵੀ ਸੀ, ਉਹਨਾਂ ਦੀ ਵੀ ਆਕਾਸ਼ਵਾਣੀ ਸੀ ਵੀ ਸਿੱਖ ਰਾਜ ਆਊਗਾ, ਔਰ ਅਸੀਂ ਚਾਹੁੰਦੇ ਹਾਂ ਵੀ ਸਿੱਖ ਰਾਜ ਉਹੋ ਹੀ ਆਵੇ ਜਿਵੇਂ ਗੁਰੂ ਗੋਬਿੰਦ ਸਿੰਘ ਦਾ ਰਾਜ ਸੀ ਔਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਜਦੋਂ ਇੱਕ ਚੌਂਕੀ ਦੀ ਗੱਲ ਕਰਦੇ, ਇੱਕ ਪੋਸਟ ਦੀ ਗੱਲ ਕਰਦੇ, ਤੁਸੀਂ ਵੀ ਲੌਂਗੇਵਾਲਾ ਪੋਸਟ ਦੇ ਉੱਤੇ ਲੜਾਈ ਲੜੀ, ਇੱਕ ਪੋਸਟ ਇਹ ਚੌਂਕੀ, ਤਾਂ ਇੱਕ ਸਿਪਾਹੀ ਤੋਂ ਵੱਧ ਕੋਈ ਨਹੀਂ ਦੱਸ ਸਕਦਾ। ਮੇਰੇ ਵਰਗਾ ਗੱਲਾਂ ਤਾਂ ਬਹੁਤ ਕਰ ਸਕਦਾ ਵੀ ਲੜਾਈਆਂ ਕਿੱਦਾਂ ਹੁੰਦੀਆਂ, ਤੁਸੀਂ ਜੰਗ ਦੇ ਮੈਦਾਨ 'ਚ ਰਹੇ ਹੋ, ਇੱਕ ਡਾਹ ਕੇ ਦੁਸ਼ਮਣ ਦਾ ਸਾਹਮਣਾ ਕਰਿਆ, ਅਤੇ ਕਿੱਦਾਂ ਦਾ ਮਾਹੌਲ ਹੁੰਦਾ ਜੰਗ ਦਾ, ਜੇ ਇਹ ਜੰਗ ਕਿੱਦਾਂ ਦੀ ਰਹੀ ਹੋਊਗੀ, ਉਹ ਜੰਗ ਕਿੱਦਾਂ ਦੀ ਰਹੀ ਸੀ ਜਿਹੜੀ ਤੁਸੀਂ ਮੂੰਹ ਮੋੜੇ ਦੁਸ਼ਮਣ ਦੀ? ਜਿਹੜਾ ਬਾਰਡਰ ਫਿਲਮ ਦੀ ਜੇ ਆਪਾਂ ਗੱਲ ਕਰੀਏ, ਤੇ ਸ਼ੁਰੂ ਦੇ ਵਿੱਚ ਕਿਉਂਕਿ ਮੈਂ ਕਲੈਰੀਕਲ ਕੈਡਰ ਦਾ ਆ, ਬਾਕੀ ਹੁਣ ਜਿਵੇਂ ਜਵਾਨ ਆ ਸਾਡੇ, ਉਹਨਾਂ ਕੋਲ ਇੰਨੀ ਇਨਫੋਰਮੇਸ਼ਨ ਨਹੀਂ ਹੁੰਦੀ। ਸਾਡੇ ਕੋਲ ਆਫਿਸ ਦੇ ਵਿੱਚ ਇਨਫੋਰਮੇਸ਼ਨ ਹੁੰਦੀ ਵੀ ਅਸੀਂ ਕਾਹਦੇ ਵਾਸਤੇ ਜਾ ਰਹੇ ਹਾਂ। ਜਵਾਨਾਂ ਨੂੰ ਇਹ ਪਤਾ ਹੁੰਦਾ ਵੀ ਅਸੀਂ ਐਕਸਰਸਾਈਜ਼ 'ਤੇ ਜਾ ਰਹੇ ਹਾਂ, ਲੇਕਿਨ ਸਾਡੀ ਇਨਫੋਰਮੇਸ਼ਨ ਇਹ ਕਹਿੰਦੀ ਆ ਵੀ ਕੁਛ ਮਾਮਲਾ ਸੀਰੀਅਸ ਆ, ਕੋਈ ਗੱਲ ਹੋਰ ਹੈ। ਜਦਕਿ ਉਹ ਮੈਨੂੰ ਵੀ ਪਤਾ ਸੀ, ਮੇਰੇ ਅਫਸਰ ਨੂੰ ਵੀ ਪਤਾ ਸੀ। ਸਾਡਾ ਜਿਹੜਾ 23 ਪੰਜਾਬ, ਸਾਡਾ ਹੈੱਡਕੁਆਰਟਰ ਸੀ ਸਾਦੇਵਾਲਾ, ਸਾਦੇਵਾਲਾ ਤੋਂ ਸਿੱਖਾਂ ਦੀ ਕੰਪਨੀ ਨੂੰ, ਅਲਫਾ ਕੰਪਨੀ 23 ਪੰਜਾਬ ਨੂੰ ਹੁਕਮ ਮਿਲਿਆ ਵੀ ਤੁਸੀਂ ਲੌਂਗੇਵਾਲਾ ਪੋਸਟ 'ਤੇ ਜਾਣਾ। ਉਹਦਾ ਰੀਜ਼ਨ ਇਹ ਸੀ, 65 ਦੇ ਵਿੱਚ ਪਾਕਿਸਤਾਨ ਦਾ ਉੱਥੇ ਇੱਕ ਬ੍ਰਿਗੇਡ ਹੈੱਡਕੁਆਰਟਰ ਸਟੈਬਲਿਸ਼ ਕੀਤਾ ਸੀ ਉਹਨਾਂ ਨੇ, ਉਹਨਾਂ ਨੇ ਇਹ ਕੈਪਚਰ ਕਰ ਲਈ ਸੀ। ਫਿਰ ਇਹਨਾਂ ਦੀ ਹੋ ਸਕਦਾ ਕੋਈ ਸਰਕਾਰ ਦੀ ਸਕੀਮ ਹੋਵੇ ਵੀ ਸਿੱਖਾਂ ਦੀ ਕੰਪਨੀ ਨੂੰ ਕਿਉਂ ਨਾ ਉੱਥੇ ਭੇਜਿਆ ਜਾਏ, ਤਾਂ ਕਿ ਸਿਰ ਲੱਥ ਜੋਧੇ ਆ ਅਤੇ ਆਪੇ ਲੜਾਈ ਲੜਨਗੇ ਉੱਥੇ, ਦੇਖਦੇ ਵੀ ਕੀ ਬਣਦਾ। ਅਲਫਾ ਕੰਪਨੀ ਨੂੰ 23 ਪੰਜਾਬ ਅਲਫਾ ਕੰਪਨੀ ਜਿਹਦੀ ਕਮਾਂਡ ਕਰ ਰਿਹਾ ਸੀ ਮੇਜਰ ਕੁਲਦੀਪ ਸਿੰਘ ਚਾਂਦਪੁਰੀ, ਸੈਕਿੰਡ ਲੈਫਟੀਨੈਂਟ ਸੀ ਧਰਮਵੀਰ ਸਾਹਿਬ, ਸਾਨੂੰ ਉੱਥੇ ਡਿਪਲੋਏ ਕਰਤਾ। ਮੈਂ ਕਲੈਰੀਕਲ ਹੋਲਡਰ ਦਾ ਕਰਕੇ ਕਲਰਕ ਜਾਂਦੇ ਨਹੀਂ ਲੜਾਈ 'ਚ। ਹਾਂ ਕਿੱਦਾਂ ਚੱਲ ਗਏ ਜੀ ਤੁਸੀਂ? ਮੈਂ ਆਪ ਗਿਆ ਵੀ ਮੈਂ ਜਾਣਾ ਜਵਾਨਾਂ ਦੇ ਨਾਲ, ਵੀ ਮੈਂ ਕਿਉਂ ਡਰਾਂ, ਜੇ ਮੇਰੇ ਜਵਾਨ ਜਾ ਰਹੇ, ਮੇਰੀ ਕੰਪਨੀ ਜਾ ਰਹੀ, ਤਾਂ ਮੈਂ ਹੈੱਡਕੁਆਰਟਰ 'ਚ ਕਿਉਂ ਰਵਾਂ? ਮੈਂ ਤਾਂ ਜਵਾਨਾਂ ਦੇ ਨਾਲ ਹੀ ਜਾਊਂਗਾ। ਫਿਰ ਕਈ ਵਾਰ ਗੱਲਬਾਤ ਹੁੰਦੀ ਰਹੀ ਸੀ ਚਾਂਦਪੁਰੀ ਸਾਹਿਬ ਨਾਲ ਵੀ, ਉਹ ਕਹਿੰਦੇ ਹੁੰਦੇ ਦੋਸਤ ਕੰਪਨੀ ਹੈੱਡਕੁਆਰਟਰ ਤਾਂ ਤੁਸੀਂ ਲੜਾਉਣੀ ਆ। ਮੈਂ ਕਹਿਣਾ ਸਰ ਮੈਂ ਬਾਹੂ ਹਾਂ। ਉਹਨਾਂ ਕਹਿਣਾ ਮੈਨੂੰ ਪਤਾ ਤੁਸੀਂ ਬਾਹੂ ਹੋ, ਤੁਸੀਂ ਆਲਰਾਊਂਡਰ ਹੋ, ਬਸ ਮੈਂ ਕਹਿ ਤਾ ਨਾ
ਵੀ ਕੰਪਨੀ ਹੈੱਡਕੁਆਰਟਰ ਲੜਾਉਣੀ। ਮੈਂ ਕਿਹਾ ਸਰ ਮੇਰੇ ਤੋਂ ਹੌਲਦਾਰ ਮੇਜਰ ਸੀਨੀਅਰ ਇੱਕ ਤਰਨ ਸਿੰਘ ਉਹ ਲੜਾਊਗਾ। ਕਹਿੰਦੇ ਨਹੀਂ ਇਕੱਠੇ ਕਰਕੇ ਜਦ ਮੈਂ ਕਿਹਾ ਜੀ ਮੌਕਾ ਮਿਲ ਜਾ ਜਿਸ ਤਰ੍ਹਾਂ ਦਾ ਲੜਾਈ ਦੇ ਵਿੱਚ ਇਹ ਹੁੰਦਾ ਵੀ ਉਹ ਬਾਰਿਸ਼ ਆ ਲੜਾਈ ਦੇ ਫੱਟ ਢਾਈ ਅਤੇ ਘਰੋਂ ਆ ਕੇ ਕਿਸੇ ਨਾ ਮਾਰੀਆਂ ਨੇ। ਅਸੀਂ ਕਿਹਾ ਵੀ ਠੀਕ ਆ ਜਦ ਆਊਗੇ ਦੁਸ਼ਮਣ ਚੜ੍ਹ ਕੇ ਫਿਰ ਦੁਸ਼ਮਣ ਆ ਗਿਆ। ਅਲਫਾ ਕੰਪਨੀ 23 ਪੰਜਾਬ ਦੇ ਜਵਾਨਾਂ ਨੇ ਉਹਨਾਂ ਨੂੰ ਪੋਸਟ ਦੇ ਲਾਗੇ ਨਹੀਂ ਲੱਗਣ ਦਿੱਤਾ। ਅੱਛਾ ਜੀ, ਕਿੰਨੇ ਜਵਾਨ ਸੀ ਜੀ ਸਿੱਖ ਆਪਣੇ? ਤਕਰੀਬਨ ਡਿਟੈਚਮੈਂਟਾਂ ਪਾ ਕੇ 120 ਹੁੰਦੇ ਆ। ਅੱਛਾ ਜੀ, ਪਰ 24-25 ਬੰਦੇ ਬਾਹਰ ਸੀ, 80 ਬੰਦੇ ਦੇ ਕਰੀਬ ਹੋਵਾਂਗੇ ਡਿਟੈਚਮੈਂਟਾਂ ਪਾ ਕੇ ਵੀ। ਮੋਟਰ RCL MMG BMG ਪਨੀਅਰ ਪਲਟੂਨ ਦੇ ਇਹ ਸਾਰੇ ਕਿੰਨੇ ਕੀ ਹੁੰਦੇ ਆ। ਪਰ ਏਰੀਆ ਇੰਨਾ ਵਾਈਡ ਸੀ ਔਰ ਜਵਾਨਾਂ ਦੇ ਹੌਸਲੇ ਬੁਲੰਦ ਸੀ। ਜਦ ਉਹਨਾਂ ਨੇ ਆਪਣੇ ਆਏ ਸਾਡੇ 'ਤੇ ਅਟੈਕ ਕੀਤਾ, ਸਾਡੇ ਜਵਾਨਾਂ ਨੇ ਫਾਇਰ ਇੰਨਾ ਕੀਤਾ ਹੈ, ਪੋਸਟ ਦੇ ਲਾਗੇ ਨਹੀਂ ਲੱਗਣ ਦਿੱਤਾ ਕੋਈ ਕਿਸੇ ਨੂੰ। ਕੋਈ ਦੁਸ਼ਮਣ ਨਹੀਂ ਆਇਆ ਸਾਡੇ ਲਾਗੇ ਟੈਂਕੋਂ ਤੋਂ ਸਵਾ। ਟੈਂਕ ਆਏ ਸੀ, ਟੈਂਕ ਵੀ ਕੈਪਚਰ ਕੀਤੇ, ਉਹ ਵੀ ਸਾਡੇ ਏਅਰ ਨੇ ਕੀਤੇ ਆ। ਜਿਹੜੀ ਅਸੀਂ ਲੜਾਈ ਜਿੱਤੀ ਆ, ਜਵਾਨਾਂ ਦੇ ਹੌਸਲੇ ਜ਼ਰੂਰ ਬੁਲੰਦ ਸੀ, ਪਰ ਟੈਂਕਾਂ ਦਾ ਮੁਕਾਬਲਾ ਕਰਨ ਵਾਸਤੇ ਅਸੀਂ ਉਨਾ ਸਾਡੇ 'ਚ ਪਾਵਰ ਨਹੀਂ ਸੀ। ਕਿੱਥੇ ਇੱਕ ਬੰਦਾ ਜਦੋਂ ਪਤਾ ਹੋਵੇ ਵੀ ਸਾਹਮਣੇ ਇੰਨੀ ਫੌਜ ਆ ਜੀ, ਅਸੀਂ ਲਿਮਿਟਡ ਬੰਦੇ ਹਾਂ, ਮੌਤ ਦਾ ਪੱਕਾ ਇਹ ਹੋਵੇ ਵੀ ਇੱਥੇ ਲੜਾਈ ਮਰਨ ਦੀ ਵੀ ਹੋ ਸਕਦੀ ਆ, ਸਿੱਧੀ ਲੜਾਈ ਆ ਜੀ, ਤਾਂ ਫਿਰ ਪਿੱਛੋਂ ਕੋਈ ਹੁਕਮ ਨਹੀਂ ਆ ਵੀ ਛੱਡ ਕੇ ਆ ਜਾਓ ਪਿੱਛੇ, ਕੋਈ ਗੱਲ ਨਹੀਂ ਆਪਾਂ ਜਾਨਾਂ ਨਹੀਂ ਗਵਾਉਣੀਆਂ। ਕਿਸੇ ਨੇ ਨਾ ਸਾਨੂੰ ਕਿਹਾ ਅਤੇ ਨਾ ਅਸੀਂ ਜਾਣ ਵਾਲੇ ਸੀ। ਸਾਡੇ ਜਵਾਨ ਜਵਾਨਾਂ ਨੂੰ ਇਹ ਸੀ ਵੀ ਜਾਂ ਤਾਂ ਇਹ ਹੈ ਨਹੀਂ ਅਤੇ ਫਿਰ ਜਾਂ ਅਸੀਂ ਹੈ ਨਹੀਂ। ਹੀਰਨ ਮੈਂ ਤਾਂ ਜੂਝ ਮਰੋਂ ਵਾਲੀ ਗੱਲ, ਹੀਰਨ ਮੈਂ ਤਾਂ ਜੂਝ ਮਰੋਂ, ਫਿਰ ਉਹੀ ਗੱਲ ਸੀ। ਕੋਈ ਨਹੀਂ ਉੱਥੇ, ਸਾਡਾ ਜਵਾਨ ਜਿੰਨੇ ਵੀ ਸੀ ਬੁਲੰਦ ਹੌਸਲੇ, ਦ੍ਰਿੜ ਵਿਸ਼ਵਾਸ, ਗੋਲੀ ਸਿੱਕਾ ਆਪਣਾ ਆਪਣਾ ਜਿੱਧਰ ਨੂੰ ਦੇਖਿਆ ਵੀ ਇੱਧਰ ਹੁਣ ਆ ਰਹੇ ਚਾਰ ਦੁਸ਼ਮਣ, ਚੱਲ ਠਾ 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 ਚੱਲ ਇੱਧਰ। ਜਵਾਨਾਂ ਦੇ ਹੌਸਲੇ ਇੰਨੇ ਬੁਲੰਦ ਸੀ, ਸਾਡੇ ਜਵਾਨਾਂ ਨੇ ਪੋਸਟ 'ਤੇ ਕੋਈ ਉਹਨਾਂ ਦਾ ਵੈਰੀ ਨਹੀਂ ਆਉਣ ਦਿੱਤਾ। ਦੂਰ ਦੂਰ ਆ ਸਵਾਏ ਕੇ ਟੈਂਕਾਂ ਤੋਂ, ਟੈਂਕ ਵੀ ਏਅਰ ਨੇ ਆਣ ਕੇ ਕੈਪਚਰ ਕੀਤੇ ਆ। ਹੁਣ ਮੇਰੇ ਕੋਲ ਹੈ ਨਹੀਂ, ਮੈਂ ਉਹਦੇ ਤੋਂ ਢੋਲੀ ਵੀ ਕੱਢੀ ਜਿਹਦੇ 'ਚੋਂ ਘਿਓ ਲੈ ਕੇ ਆਏ ਸੀ। ਉਹਨਾਂ ਦੀਆਂ ਹਰੀਆਂ ਮਿਰਚਾਂ ਇਸ ਤਰ੍ਹਾਂ ਸੀ ਜਿਵੇਂ ਹੁਣੇ ਤੋੜ ਕੇ ਲਿਆਏ ਹੋਣ, ਉਹ ਘਿਓ ਤਾਂ ਅਸੀਂ ਡੋਲ ਦਿੱਤਾ। ਦੱਸਦੇ ਉਹਦੇ ਵਿੱਚ ਵੀ ਰੋਟੀ ਖਾਣ ਦਾ ਪਲਾਨ ਆ, ਕਿਤੇ ਦਿੱਲੀ ਉਹ ਬਣਾਈ ਬੈਠੇ ਸੀ ਵੀ ਡਿਨਰ ਉੱਥੇ ਹੀ ਕਰਾਂਗੇ ਜਾ ਕੇ। ਹਾਂ, ਜੈਪੁਰ ਜਾਣ ਨੂੰ ਫਿਰਦੇ ਸੀ, ਉਹ ਕਹਿੰਦੇ ਸੀ ਵੀ ਇੱਥੇ ਬ੍ਰੇਕਫਾਸਟ ਕਰਕੇ ਲੰਚ ਕਰਾਂਗੇ, ਹੋ ਸਕਦਾ ਅਸੀਂ ਜਾ ਕੇ ਜੈਪੁਰ ਇੱਥੇ ਜੈਸਲਮੇਰ ਕਰੀਏ, ਉਸ ਤੋਂ ਬਾਅਦ ਫਿਰ ਜਾਵਾਂਗੇ। ਕਿ ਸਾਨੂੰ ਰੋਕਣ ਵਾਲਾ ਹੀ ਕੋਈ ਨਹੀਂ, ਉਹਨਾਂ ਨੂੰ ਪਤਾ ਨਹੀਂ ਸੀ ਵੀ ਅੱਗੇ ਸਿੰਘ ਸੂਰਮੇ ਖੜੇ ਆ। ਉਹਨਾਂ ਨੂੰ ਸਿੰਘ ਸੂਰਮੇ ਆਉਂਦਾ ਤਾਂ ਫਿਰ ਇਹਨਾਂ ਨੇ ਜਲਵੇ ਦਿਖਾਏ ਨਾ, ਗੁਰੂ ਗੋਬਿੰਦ ਸਿੰਘ ਨੇ ਵੀ ਤੁਸੀਂ ਜੇ ਥੋੜ੍ਹੇ ਜਿਹੇ ਤਾਂ ਕੀ ਹੋਇਆ, ਜੇ ਚਮਕੌਰ ਸਾਹਿਬ ਦੀ ਗੜੀ 'ਚ 40 ਲੜ ਸਕਦੇ 10 ਲੱਖ ਨਾਲ, ਅਤੇ ਇਹ ਜਿਹੜੇ ਆਏ ਆ 3000 ਜਾਂ 3500 ਜਾਂ 2000 ਤੋਂ ਉੱਪਰ ਹੈ, ਇਹਨਾਂ ਨਾਲ ਤੁਸੀਂ ਕਿਉਂ ਨਹੀਂ ਲੜ ਸਕਦੇ ਬਈ? ਜਦੋਂ ਜੰਗ ਸ਼ੁਰੂ ਹੋਣੀ ਸੀ ਖਿਆਲ ਆਇਆ ਸੀ ਜੀ ਚਮਕੌਰ ਦੀ ਗੜੀ ਦਾ, ਜਾਂ ਉਹ ਜੰਗਾਂ ਜਿਹੜੀਆਂ ਖਾਲਸੇ ਨੇ ਮੱਲਾਂ ਮਾਰੀਆਂ ਸੀ? ਭਾਵੇਂ ਮੈਂ ਅੰਮ੍ਰਿਤਧਾਰੀ ਨਹੀਂ ਹਾਂ, ਲੇਕਿਨ ਮੈਂ ਹਿਸਟਰੀ ਤੋਂ ਵਾਕਫੀ ਤਾਂ, ਮੈਂ ਗ੍ਰੈਜੂਏਸ਼ਨ ਤੱਕ ਹਿਸਟਰੀ ਪੜ੍ਹੀ, ਉਦੋਂ ਸਾਡੇ ਕੋਲ 4 ਕਿਤਾਬਾਂ ਹੁੰਦੀਆਂ ਸੀ ਹਿਸਟਰੀ ਦੀਆਂ, ਅਤੇ ਉਹ ਫਿਰ ਸ਼ਾਹ ਮੁਹੰਮਦ ਵਾਲੀ ਵੀ ਯਾਦ ਸੀ, ਹੈ ਨਾ, ਕਿ ਅੱਜ ਹੁੰਦੀ ਸਰਕਾਰ ਤਾਂ ਮੁੱਲ ਪਾਉਂਦੀ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਜੋਂ ਫੌਜਾਂ ਅੰਤ ਨੂੰ ਹਾਰੀਆਂ ਨੇ, ਪਰ ਉੱਥੇ ਅਸੀਂ ਹਾਰੇ ਨਹੀਂ ਹਾਂ, ਉੱਥੇ ਤਾਂ ਖਾਲਸੇ ਜਿੱਤੇ ਜਿੱਤੇ ਆ। ਸਾਡੀ ਸਰਕਾਰ ਨੂੰ, ਸਿੱਖ ਕੌਮ ਨੂੰ, ਸੈਂਟਰ ਸਰਕਾਰ ਨੂੰ, ਰਾਜਸਥਾਨ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਇੰਨਾ ਮਾਣ ਹੋਣਾ ਚਾਹੀਦਾ ਵੀ ਸਾਡੀ ਇੱਕ ਕੰਪਨੀ ਉੱਥੇ ਲੜ ਕੇ ਆਈ ਆ, ਅਤੇ ਉੱਥੇ 3000 ਬੰਦਾ ਅਤੇ ਟੈਂਕਾਂ ਅਤੇ ਸਾਡੇ ਤਾਂ ਸਾਰੇ 80 ਜਵਾਨ ਆ ਉੱਥੇ, ਇਹਨਾਂ ਨੂੰ ਵੀ ਮਾਣ ਹੋਣਾ ਚਾਹੀਦਾ। ਸਿੰਘ ਸਾਹਿਬ, ਜਦੋਂ ਜੰਗ ਲੱਗੀ ਹੋਵੇ ਅਤੇ ਪੂਰਾ ਮਾਹੌਲ ਬਣਿਆ ਹੋਵੇ, ਜਕਾਰੇ ਦਾ ਕੀ ਅਸਰ ਹੁੰਦਾ ਉੱਥੇ? ਜਕਾਰੇ ਸਿੱਖ ਫੌਜ ਜਕਾਰੇ ਛੱਡਦੀਆਂ, ਤੁਸੀਂ ਦੱਸੋ ਜੀ ਵੀ ਜਕਾਰੇ ਦਾ ਕੀ ਰੋਲ ਰਹਿੰਦਾ ਉਹਦੇ ਵਿੱਚ? ਗੁਰੂ ਗੋਬਿੰਦ ਸਿੰਘ ਜੀ ਨੇ 14 ਜੰਗਾਂ ਲੜੀਆਂ ਜੀ, 14 ਜੰਗਾਂ ਦੇ ਵਿੱਚ ਜਿੱਤਾਂ ਹਾਸਲ ਕੀਤੀਆਂ,
ਅਤੇ ਸਿੰਘ ਜਦੋਂ ਫੁਰਸਤ ਦੇ ਟਾਈਮ ਦੇ ਵਿੱਚ ਪੁੱਛਦੇ ਸੀ ਗੁਰੂ ਗੋਬਿੰਦ ਸਿੰਘ ਨਾਲ ਗੱਲਾਂ ਬਾਤਾਂ ਕਰਦੇ ਸੀ ਵੀ ਮਹਾਰਾਜ ਤੁਹਾਡੀ ਵਜ੍ਹਾ ਨਾਲ ਅਸੀਂ ਇਹ ਜੰਗਾਂ ਜਿੱਤੀਆਂ ਹਨ, ਉਹ ਕਹਿੰਦੇ ਸੀ ਨਾ ਤੁਹਾਡੀ ਜਿੱਤ ਆ ਨਾ ਮੇਰੀ ਜਿੱਤ ਹੈ, ਇਹ ਵਾਹਿਗੁਰੂ ਜੀ ਦਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ ਹੈ। ਕੌਮਾਂ ਜਿਉਂਦੀਆਂ ਜੋ ਮਰਦੀਆਂ ਨੇ, ਕੌਮਾਂ ਮਰਦੀਆਂ ਜੋ ਮਰਨੋਂ ਡਰਦੀਆਂ ਨੇ। ਜਿਹੜਾ ਪੁਰਾਣਾ ਇਤਿਹਾਸ ਹੈ ਸਾਖੇ ਗੁਰੂ ਕਾਲ ਸਮੇਂ ਦਾ, ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਆ ਉਹਨਾਂ ਦੀਆਂ ਅਸੀਂ ਇਤਿਹਾਸ ਦੀਆਂ ਕਿਤਾਬਾਂ ਵੀ ਪੜ੍ਹੀਆਂ, ਵਾਰਾਂ ਵੀ ਸੁਣਦੇ ਰਹੇ ਹਾਂ। ਉਸ ਟਾਈਮ ਸਾਡੇ ਇੱਕ ਨੈਬਜ਼ੋਰ ਮਲਕੀਤ ਸਿੰਘ ਅਤੇ ਸਰਵਣ ਦਾਸ ਉਹ ਸਾਡੇ ਪੋਸਟਾਂ 'ਤੇ ਆ ਕੇ ਸਾਨੂੰ ਉਹ ਕਥਾ ਵਾਰਤਾ ਸੁਣਾਉਂਦੇ ਹੁੰਦੇ ਸੀ, ਵਾਰਾਂ ਸੁਣਾਉਂਦੇ ਹੁੰਦੇ ਸੀ। ਉਹਨਾਂ ਨੂੰ ਪੜ੍ਹ ਕੇ ਸੁਣ ਕੇ ਮੁਰਦੀਆਂ ਰੂਹਾਂ ਦੇ ਵਿੱਚ ਵੀ ਜਾਨ ਆ ਜਾਂਦੀ ਹੈ। ਅੱਜ ਵੀ ਢਾਡੀ ਵਾਰਾਂ ਚੱਲ ਰਹੀਆਂ ਜੀ, ਅੱਜ ਵੀ ਚੱਲ ਰਹੀਆਂ। ਇਹ ਜਿਹੜੀ ਅਸੀਂ ਹੁਣ ਸਾਡੀਆਂ ਜਿਹੜੀਆਂ ਲੜਾਈ ਦੀ ਕਹਾਣੀ ਤਾਂ ਮੁਖਤਿਆਰ ਸਿੰਘ ਨੇ ਦੱਸ ਹੀ ਦਿੱਤੀ ਹੈ, ਪਰ ਜਿਹੜੀਆਂ ਜਿੰਨੀਆਂ ਵੀ ਜੰਗਾਂ 'ਚ ਲੜਾਈ ਦੇ ਮੈਦਾਨ ਵਿੱਚ ਹੋਣ ਜਾਂ ਸਿਆਸੀ ਹੋਣ ਜਾਂ ਕੋਈ ਵੀ ਹੋਣ, ਜੋਸ਼ ਔਰ ਹੋਸ਼ ਪਹਿਲਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ 40 ਸਾਲ, ਉਹ ਅਸੀਂ ਉਹਦਾ ਸਰਵੇ ਨਹੀਂ ਕੀਤਾ, ਭਾਰਤੀਆਂ ਨੇ ਜਾਂ ਸਿੱਖਾਂ ਨੇ ਨਹੀਂ ਕੀਤਾ, ਉਹ ਵਿਦੇਸ਼ਾਂ ਵਾਲੇ ਅੰਗਰੇਜ਼ਾਂ ਨੇ ਸੂਝਵਾਨ ਵੀ ਲੋਕਾਂ ਨੇ ਕੀਤਾ ਹੈ। ਸਭ ਤੋਂ ਅੱਜ ਤੱਕ ਹਿੰਦੁਸਤਾਨ ਦਾ ਵਧੀਆ ਰਾਜ ਜਿਹੜਾ ਰਿਹਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਿਹਾ, ਉਸ ਤਰ੍ਹਾਂ ਦਾ ਕੋਈ ਰਾਜ ਅੱਜ ਤੱਕ ਨਹੀਂ ਹੋਇਆ। ਜਰਨੈਲ ਜੇ ਹੋਇਆ ਤਾਂ ਹਰੀ ਸਿੰਘ ਨਲੂਆ ਹੋਇਆ, ਅਤੇ ਇਮਾਨਦਾਰੀ ਦੇ ਵਿੱਚ ਸਭ ਤੋਂ ਵਧੀਆ ਪਹਿਲੇ ਨੰਬਰ 'ਤੇ ਡਾਕਟਰ ਮਨਮੋਹਨ ਸਿੰਘ ਆਇਆ, ਅਤੇ ਸਾਨੂੰ ਹੁਣ ਮਹਾਰਾਜਾ ਰਣਜੀਤ ਸਿੰਘ ਵਰਗੇ ਜਰਨੈਲ ਦੀ ਬਹੁਤ ਜ਼ਰੂਰਤ ਹੈ। ਸਾਡੀ ਕੌਮ ਦੇ ਵਿੱਚ ਜੋਸ਼ ਦੀ ਕੋਈ ਕਮੀ ਨਹੀਂ ਹੈ, ਪਰ ਸਾਨੂੰ ਆਗੂਆਂ ਦੀ ਘਾਟ ਹੈ, ਕਿਉਂ ਜਿੰਨੇ ਵੀ ਆਗੂ ਸਾਡੇ ਪੰਥਕਨਾਂ 'ਤੇ ਜਾਂ ਹੋਰ ਬਣੇ ਹਨ ਉਹਨਾਂ ਨੇ ਆਪਣੇ ਘਰ ਭਰੇ ਹਨ, ਸਿੱਖਾਂ ਦੀ ਜਿਹੜੀ ਹੈ ਇਤਿਹਾਸ ਉਹਨੂੰ ਕਦੇ ਕਾਇਮ ਨਹੀਂ ਰੱਖਿਆ। ਬਾਬਾ ਜੀ ਇੱਕ ਸਿਪਾਹੀ ਤਾ ਉਮਰ ਸਿਪਾਹੀ ਹੋ ਰਹਿੰਦਾ, ਅੱਜ ਵੀ ਜੇ ਕੋਈ ਕਿਸੇ ਜ਼ੁਲਮ ਦੇ ਖਿਲਾਫ਼ ਤੁਹਾਨੂੰ ਲੜਨਾ ਪਵੇ ਅੱਜ ਵੀ ਉਹ ਸਿਪਾਹੀ ਜੀਂਦਾ ਤੁਹਾਡੇ ਅੰਦਰ ਦਾ, ਜਾਂ ਕਹਿ ਲਓ ਵੀ ਹੁਣ ਬੁੱਢੇ ਹੋ ਗਏ ਹੁਣ ਉਹ ਗੱਲਾਂ ਨਹੀਂ ਰਹੀਆਂ? ਸਾਡੇ ਅੰਦਰ ਅੱਜ ਉਹ ਜਾਗ੍ਰਿਤੀ ਹੈਗੀ ਆ, ਅਸੀਂ ਇੱਥੇ ਤਾਂ ਆਏ ਹਾਂ, ਮੈਂ ਫਿਰੋਜ਼ਪੁਰ ਤੋਂ ਆਇਆ, ਮੁਖਤਿਆਰ ਸਿੰਘ ਕਰਾਲੀ ਤੋਂ ਆਏ ਆ, ਇੱਥੇ ਜਿਹੜਾ ਅਜੇਪਾਲ ਸਿੰਘ ਜੀ ਹੈ, ਅਜੇਪਾਲ ਬਰਾੜ ਉਹਨਾਂ ਦੀ ਟੀਮ ਨੇ ਜਿਹੜੀ ਇਹ ਜੰਗ ਜਿੱਤੀ ਹੈ ਸੂਝ ਔਰ ਬੂਝ ਦੇ ਨਾਲ ਜਿੱਤੀ ਹੈ। ਉਹਨਾਂ ਨੇ ਧਰਨਾ ਵੀ ਲਾਇਆ ਔਰ ਮੇਲ ਮਿਲਾਪ ਸਰਕਾਰ ਨਾਲ ਵੀ ਰੱਖਿਆ, ਸਰਕਾਰ ਦੇ ਜਿਹੜੇ ਨੁਮਾਇੰਦੇ ਹਾਕਮ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਬਿਠਾਈ ਵੀ ਇਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਨਿਗਰਾਨ ਚੌਂਕੀ ਸੀ, ਇਹ ਸਾਨੂੰ ਛਡਾ ਕੇ ਇਹ ਤਾਂ ਇਤਿਹਾਸਕ ਯਾਦਗਾਰ ਬਣਾਉਣੀ ਚਾਹੀਦੀ ਹੈ, ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਉਹਨਾਂ ਨੂੰ ਇਹ ਪਤਾ ਲੱਗੇ ਵੀ ਇਹ ਕਿਵੇਂ ਚੌਂਕੀ ਬਣੀ ਸੀ, ਇਹਦਾ ਕੀ ਮਹੱਤਵ ਸੀਗਾ। ਇਹਨਾਂ ਨੇ ਇਹ ਜੰਗ ਲੜੀ ਹੈ, ਮੈਂ ਅਜੇਪਾਲ ਬਰਾੜ ਨੂੰ ਦੂਜੀ ਆ ਰਹੀ ਜੰਗ ਜਿਹੜੀ ਇਹਨਾਂ ਨੇ ਜਿੱਤੀ ਹੈ ਬੜੀ ਸੂਝਬੂਝ ਦੇ ਨਾਲ ਜਿੱਤੀ ਹੈ। ਇਸ ਤੋਂ ਪਹਿਲਾਂ ਸਾਡੇ ਘਲ ਖੁਰਦ ਨਹਿਰਾਂ ਦੇ ਉੱਤੇ ਮੋਰਚਾ ਲੱਗਾ ਸੀ, ਉਹਨਾਂ ਦੇ ਵਿੱਚ ਵੀ ਆਗੂ ਅਜੇਪਾਲ ਸਿੰਘ ਦੀ ਉਹਨਾਂ ਦੀ ਟੀਮ ਸੀਗੀ, ਉਹਨਾਂ ਨੇ ਬੜੇ ਸੂਝਬੂਝ ਨਾਲ ਉਹ ਜਿੱਤ ਹਾਸਲ ਕੀਤੀ। ਅਗਰ ਨਹਿਰਾਂ ਵਿੱਚ ਪੰਨਾ ਜਾਂ ਬਜਰੀ ਪੈ ਜਾਂਦੀ ਤਾਂ ਸਾਡੇ ਨੇੜੇ ਨੇੜੇ ਪਿੰਡਾਂ ਦਾ ਪਾਣੀ ਜ਼ਹਿਰੀਲਾ ਹੋ ਜਾਣਾ ਸੀਗਾ। ਉਹ ਵੀ ਹਾਕਮਾਂ ਦੇ ਚੇਂਜ ਵਿੱਚ ਸੱਚੀ ਗੱਲ ਭਾਈ ਉਹਨਾਂ ਨੇ, ਅਤੇ ਜੰਗ ਵੀ ਲੜੀ, ਸਰਕਾਰਾਂ ਨੇ ਪਹਿਲਾਂ ਡਰਾਇਆ ਧਮਕਾਇਆ ਵੀ ਪਰ ਇਹ ਨਹੀਂ ਡਰੇ, ਅਸੀਂ ਵੀ ਉਹਨਾਂ ਦੇ ਮੋਰਚੇ 'ਚ ਜਾਂਦੇ ਰਹੇ ਹਾਂ, ਉਹ ਵੀ ਜੰਗ ਜਿੱਤੀ, ਦੂਸਰੀ ਇਹ ਜੰਗ ਜਿੱਤੀ ਆ, ਹੋਰ ਪਤਾ ਨਹੀਂ ਕਿੰਨੇ। ਇੱਕ ਗੱਲ ਦੱਸੋ ਕਿ ਜਦੋਂ ਮੋਰਚੇ ਦੇ ਵਿੱਚ ਬੰਦਾ ਖੜਾ ਹੁੰਦਾ ਹੈ, ਇੱਕ ਛੋਟੀ ਲੜਾਈ ਹੋ ਜਾਵੇ ਤਾਂ ਇੱਕ ਆਮ ਗੱਲ ਆ ਵੀ ਪੈਂਦੀਆਂ 'ਚ ਕੋਈ ਨਹੀਂ ਬਾਈ ਖੜਦਾ, ਜਦੋਂ ਵਰਦੀਆਂ ਹੋਵੇ ਫਿਰ ਸਾਰੇ ਭੱਜਦੇ ਆ, ਤੁਸੀਂ ਤਾਂ ਉੱਥੇ ਸਾਹਮਣੇ ਡਟ ਕੇ ਖੜੇ ਸੀ ਜਦੋਂ ਗੋਲੀ ਛਾਂ ਛਾਂ ਕਰਕੇ ਕੋਲੋਂ ਲੰਘਦੀ ਹੋਣੀ ਆ, ਕਿੱਦਾਂ ਦਾ ਫੀਲ ਹੁੰਦਾ ਸੀ ਜੀ, ਅਹਿਸਾਸ ਕਿੱਦਾਂ ਦੇ ਸੀ ਉਹ? ਕਿਉਂ ਤਾਂ ਜਿਉਂਦੇ ਮਰਿਆਂ ਵਰਗੇ ਹੁੰਦੇ ਨੇ, ਕੁਝ ਮਰ ਕੇ ਜੋ ਲੋਕ ਜਿਉਂਦੇ ਨੇ, ਗੁਰੂ ਸਾਹਿਬ ਦੇ ਛੋਟੇ ਛੋਟੇ ਸਾਹਿਬਜ਼ਾਦੇ, ਇੱਕ 5 ਸਾਲ ਦਾ ਇੱਕ 7 ਸਾਲ ਦਾ,
ਉਹ ਸ਼ਹੀਦੀਆਂ ਪਾ ਗਏ, ਪਰ ਉਹਨਾਂ ਦੇ ਅੱਜ ਵੀ ਮੇਲੇ ਲੱਗਦੇ ਆ ਅਤੇ ਅਸੀਂ ਉਹਨਾਂ ਨੂੰ ਮੱਥਾ ਟੇਕਦੇ ਹਾਂ। ਉਹਨਾਂ ਨੂੰ ਸਾਡੇ ਦਿਮਾਗ 'ਚ ਅੱਜ ਮਰਦਿਆਂ ਤੱਕ ਰਹਿਣਗੀਆਂ। ਕਈ ਲੋਕ ਮਰ ਚੁੱਕੇ ਆ ਪਰ ਉਹ ਅਜੇ ਵੀ ਜਿੰਦਾ ਹਨ, ਕਈ ਸੌ ਸੌ ਸਾਲ ਦੇ ਹੋ ਕੇ ਮਰ ਜਾਂਦੇ ਆ, ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ। ਬਹੁਤ ਧਨਾੜ ਪੈਸੇ ਵਾਲੇ ਲੋਕ ਹੋ ਕੇ ਮਰੀ ਜਾਂਦੇ ਆ, ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ। ਜਿਹੜੇ ਦੇਸ਼ ਲਈ ਕੌਮ ਲਈ ਮਰਦੇ, ਮਰਨਾ ਤਾਂ ਇੱਕ ਦਿਨ ਹੀ ਹੈ, ਉਹਨਾਂ ਦੀਆਂ ਤਸਵੀਰਾਂ ਵੀ ਵਿਕਦੀਆਂ। ਅਤੇ ਜਿਹੜੇ ਰਾਜ ਭਾਗ ਜਾਂ ਪੈਸੇ ਦੇ ਲਾਲਚੀ ਹੁੰਦੇ ਆ, ਉਹਨਾਂ ਦੇ ਜਿਉਂਦੇ ਹੁੰਦੇ ਛਿੱਤਰ ਪੈਂਦੇ ਆ। ਉਹ ਸਾਡੇ ਸਾਰੀ ਜਿਹੜੀ ਨੌਜਵਾਨ ਪੀੜ੍ਹੀ ਹੈ, ਉਹਨਾਂ ਨੂੰ ਯਾਦ ਰੱਖਣੀ ਚਾਹੀਦੀ ਹੈ। ਨਾ ਮੁਸਲਮਾਨ, ਨਾ ਹਿੰਦੂ, ਨਾ ਸਿੱਖ, ਕੋਈ ਮਾੜਾ ਨਹੀਂ, ਇਹ ਸੋਚ ਮਾੜੀ ਹੈ, ਦੋ ਸੋਚਾਂ। ਹਿੰਦੂਆਂ ਦੀ ਜੇ ਗੱਲ ਕਰੀਏ, ਇੱਕ ਹਿੰਦੂਆਂ ਦਾ ਉਹ ਟੋਲਾ ਸੀ ਗੰਗੂ ਅਤੇ ਚੰਦੂ, ਜਿਨ੍ਹਾਂ ਦੀ ਵਜ੍ਹਾ ਦੇ ਨਾਲ ਸਾਡੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਦੂਸਰੇ ਪਾਸੇ ਮੋਤੀ ਮਹਿਰਾ ਅਤੇ ਟੋਡਰ ਮੱਲ, ਉਹ ਵੀ ਸਾਡੇ, ਅਸੀਂ ਉਹਨਾਂ ਨੂੰ ਅੱਜ ਪੂਜਦੇ ਹਾਂ। ਨਾ ਹਿੰਦੂ ਹੈ ਬੁਰਾ, ਨਾ ਮੁਸਲਮਾਨ ਹੈ ਬੁਰਾ, ਬੁਰਾਈ ਪਿਆ ਜਾਏ ਤਾਂ ਹਰ ਇਨਸਾਨ ਹੈ ਬੁਰਾ। ਹਾਂਜੀ ਹਾਂਜੀ ਹਾਂਜੀ, ਉਹਨਾਂ ਦੇ ਵਿੱਚ ਸਾਡੇ ਸਿੱਖਾਂ ਵਿੱਚ ਵੀ ਬਹੁਤ ਮਾੜੇ ਬੰਦੇ ਹੈਗੇ ਆ, ਜਿਨ੍ਹਾਂ ਨੇ ਸਿੱਖ ਨਾਂ ਆਪਣਾ ਨਾਂ ਦੇ ਨਾਂ 'ਤੇ, ਸਿੱਖਾਂ ਦੇ ਨਾਂ 'ਤੇ ਜਦੋਂ ਉਹਨਾਂ ਦੀ ਗੱਦੀ ਖੁੱਸ ਜਾਂਦੀ ਆ ਤਾਂ ਉਹ ਕਹਿੰਦੇ ਆ ਪੰਥ ਖਤਰੇ 'ਚ ਹੋ ਗਿਆ। ਜਦੋਂ ਉਹਨਾਂ ਨੂੰ ਗੱਦੀ ਦਵਾ ਦਿੰਦੇ ਅਸੀਂ, ਫਿਰ ਉਹ ਇੱਕਦਮ ਸੱਪ ਬਣ ਜਾਂਦੇ ਹਨ, ਫਿਰ ਉਹ ਸਾਨੂੰ ਹੀ ਡੰਗਾ ਮਾਰਦੇ ਹਨ। ਇਸ ਕਰਕੇ ਉਹ ਸਾਡੇ ਵਿੱਚ ਵੀ ਬਹੁਤ ਮਾੜੇ ਬੰਦੇ ਹੈ, ਚੰਗੇ ਵੀ ਬੰਦੇ ਵੀ ਹੈਗੇ ਆ। ਮੁਸਲਮਾਨਾਂ 'ਚ ਵੀ ਚੰਗੇ, ਗੁਰੂ ਸਾਹਿਬ ਦੀ ਮਦਦ ਪੂਈ, ਪੀਰ ਬੁੱਧੂ ਸ਼ਾਹ, ਗਨੀ ਖਾਂ, ਉਹਨਾਂ ਨੇ ਮਦਦ ਕੀਤੀ, ਗਨੀ ਖਾਂ ਅਤੇ ਮਨੀ ਖਾਂ ਨੇ। ਹਾਂਜੀ, ਕੌਮ ਕੋਈ ਵੀ ਨਹੀਂ ਮਾੜੀ, ਸਿਰਫ ਸੋਚ ਹੀ ਮਾੜੀ ਆ। ਅੱਜ ਵੀ ਉਹ ਸੋਚ ਹੈਗੀ ਆ, ਕੁਝ ਤਾਂ ਆਪਣਾ ਘਰ ਭਰਨ ਲੱਗੇ ਹੋਏ ਹਨ, ਕੁਝ ਆਪਣਾ ਕਾਰੋਬਾਰ ਛੱਡ ਕੇ ਅਤੇ ਸਾਡੇ ਆਪਣੀ ਕੌਮ ਦੀ ਖਾਤਰ, ਦੇਸ਼ ਦੀ ਖਾਤਰ ਮਰਦੇ ਹਨ। ਸਰਦਾਰ ਸਾਹਿਬ, ਇੱਕ ਹੋਰ ਗੱਲ ਦੱਸੋ ਕਿ ਜਦੋਂ ਤੁਸੀਂ ਜੰਗ ਲੜ ਰਹੇ ਸੀ, ਉਹ ਕੋਈ ਇਹੋ ਜਿਹਾ ਸਮਾਂ ਆਇਆ ਤੁਹਾਡੀ ਯਾਦ ਹੀ ਰਹਿ ਗਿਆ, ਤੁਹਾਡੇ ਜੇਨ 'ਚ ਰਹਿ ਗਈਆਂ ਚੀਜ਼ਾਂ, ਵੀ ਇੱਕ ਸ਼ੇਰ ਵਾਂਗ ਕੋਈ ਸਿਪਾਹੀ ਦਹਾੜਿਆ ਸੀ ਜਾਂ ਤੁਹਾਡੇ ਅੰਦਰੋਂ ਕੋਈ ਆਵਾਜ਼ ਆਈ ਸੀ, ਕੋਈ ਇਹੋ ਜਿਹਾ ਦ੍ਰਿਸ਼ ਉਸ ਜੰਗ ਦਾ ਜਿਹੜਾ ਅੱਜ ਵੀ ਤੁਹਾਨੂੰ ਉੱਦਾਂ ਹੀ ਯਾਦ ਆ? ਬਿਲਕੁਲ, ਦੇਖੋ ਗੱਲ ਇਹ ਆ, ਜਦ ਉੱਧਰੋਂ ਗੋਲੀਆਂ ਆ ਰਹੀਆਂ ਸੀ ਨਾ, ਕਿੱਥੇ ਤਾਂ 2000 ਬੰਦੇ ਨੇ 2000 ਗੋਲੀ ਚਲਾਉਣੀਆਂ, ਕਿੱਥੇ 80 ਗੋਲੀਆਂ ਚੱਲਣੀਆਂ। 80 ਨੂੰ ਜੇ ਕੰਪੈਰੀਜ਼ਨ ਕਰੀਏ 3000 ਨਾਲ ਤਾਂ ਪਰਸੈਂਟੇਜ ਘੱਟ ਬਣਦੀ ਹੈ ਨਾ, ਪਰ ਉਹਨਾਂ ਗੋਲੀਆਂ ਆਉਂਦੀਆਂ ਸੀ, ਸਾਡੇ ਲਾਗੇ ਲਾਗੇ ਡਿੱਗਦੀਆਂ ਵੀ ਸੀ। ਪ੍ਰਭੂ ਦੀ ਇੰਨੀ ਕਿਰਪਾ ਸੀ, ਸਾਡੇ ਕਿਸੇ ਦੇ ਗੋਲੀ ਤਾਂ ਨਹੀਂ ਲੱਗੀ। ਹਾਂ, ਸਾਡੇ ਨਾਲ ਸੀ ਇੱਕ ਹਰਬੰਸ ਸਿੰਘ ਪਟਵਾਰੀ, ਉਹਨੂੰ ਪਟਵਾਰੀ ਕਹਿੰਦੇ ਲਾਡ ਨਾਲ ਮੁੰਡ, ਉੱਥੇ ਉਹ ਅੱਗੇ ਸੀ, ਉਹਦੇ ਕੋਲ BMG ਸੀ, ਉਹਦੇ ਗੋਲੀ ਵੱਜੀ ਬੈਰਲ 'ਚ, ਉਹ ਟੇਢੀ ਹੋ ਕੇ ਇੱਥੋਂ ਪੱਗ ਦੇ ਵਿੱਚੋਂ ਮੱਥੇ ਨੂੰ ਟੱਚ ਕੀਤਾ, ਪੱਗ ਥਾਣੀ ਲੱਥ ਗਈ। ਉਹ ਪਿੱਛੇ ਆਇਆ, ਮੈਂ ਉਹਨੂੰ ਕਿਹਾ ਹਰਬੰਸ ਕੀ ਹੋਇਆ? ਕਹਿੰਦਾ ਬਾਬੂ ਜੀ ਮੈਂ ਇਸ ਤਰ੍ਹਾਂ ਜ਼ਖਮੀ ਹੋ। ਕਹਿੰਦਾ ਕਹਿੰਦਾ ਮੈਂ ਤੇਰੀ ਪੱਟੀ ਕਰ ਦਾਂ ਦੇ। ਕਹਿੰਦਾ ਨਹੀਂ ਬਾਬੂ ਜੀ, ਟਾਈਮ ਨਹੀਂ ਹੈ ਇੰਨਾ। ਪਿੱਛੇ ਆਇਆ ਉਹ ਜਵਾਨ, ਬੈਰਲ ਲੈ ਕੇ ਗਿਆ, ਉਸ ਤੋਂ ਬਾਅਦ ਉੱਥੇ ਹੀ ਮੋਰਚੇ 'ਤੇ ਫਿਰ ਚਲਾ ਗਿਆ, ਨਵੀਂ ਬੈਰਲ ਲਾ ਕੇ ਡਟ ਗਿਆ ਜੀ। ਬੈਰਲ ਬਦਲ ਕੇ ਲੈ ਕੇ ਫਿਰ ਉਹਨੇ ਉੱਥੇ ਫਾਇਰ ਕੀਤਾ, ਪਰ ਦੁਸ਼ਮਣ ਨੂੰ ਉਸ ਲਾਈਨ ਤੋਂ ਉਹਨੇ ਲਾਗੇ ਨਹੀਂ ਆਉਣ ਦਿੱਤਾ। ਜਿਵੇਂ ਹੁਣ ਆਪਾਂ ਫਿਜ਼ੀਕਲੀ ਆਉਂਦੇ ਨਾ, ਉਹਨਾਂ ਦੇ ਸਿਪਾਹੀ ਹੋਵੇ, ਹੌਲਦਾਰ ਹੋਵੇ, ਕੋਈ ਵੀ ਹੋਵੇ, ਪੋਸਟ ਦੇ ਲਾਗੇ ਜਵਾਨਾਂ ਨੇ ਕਿਸੇ ਨੇ ਨਹੀਂ ਆਉਣ ਦਿੱਤਾ। ਇੰਨੇ ਬਹਾਦਰੀ ਨਾਲ ਲੜੇ ਆ, ਬੈਕ ਸਾਈਡ ਤੋਂ ਵੀ ਅਟੈਕ ਹੋਇਆ, ਉੱਥੇ 2 ਇੰਚ ਮੋਟਰ ਵਾਲੇ ਸੀ, BMG ਵਾਲਾ ਸੀ, ਅਵਤਾਰ ਸਿੰਘ ਸੀ, ਉੱਥੇ ਬਲਜੀਤ ਸੀ ਉਹਦਾ ਨਾਂ ਨਾ, ਬਲਜੀਤ ਦਾ ਜਦ ਉਹ ਸਾਹਮਣੇ ਆ ਰਹੇ ਸੀ ਟੈਂਕਾਂ ਵੱਲੋਂ ਬਹੁਤ ਫਾਇਰ ਆਉਂਦਾ ਸੀ, ਜਗਜੀਤ ਸਿੰਘ, ਹਾਂ ਜਗਜੀਤ, ਉੱਥੇ ਉਹਦਾ ਲੋਕੇਸ਼ਨ ਜ਼ਾਹਰ ਹੋ ਜਾਂਦੀ ਫਾਇਰ ਕੀਤਿਆਂ। ਉਦੋਂ ਨਾਲ ਫੌਰ ਇਸ ਤਰ੍ਹਾਂ ਕੀਤਾ, ਰੈਪਿਡ ਫਾਇਰ ਆਇਆ, ਉਹਦੇ ਮੱਥੇ 'ਚ ਗੋਲੀ ਵੱਜੀ, ਉਹ ਤਾਂ ਸ਼ਹੀਦ ਹੋ ਗਿਆ। ਸਰਦਾਰ ਸਾਹਿਬ, ਸਨਮਾਨ ਜਿਹੜਾ ਇੱਕ ਫੌਜੀ ਦਾ ਹੋਣਾ ਚਾਹੀਦਾ ਸੀ, ਜਿਹੜੀ ਜੰਗ ਤੁਸੀਂ ਲੜੀ, ਦੇਸ਼ ਨੂੰ ਜਿੱਤ ਦਵਾਈ, ਉਹ ਸਨਮਾਨ ਮਿਲਿਆ ਤੁਹਾਨੂੰ? ਨੋ, ਨੈਵਰ, ਉਹਨੂੰ ਮੈਂ ਪੁੱਛਿਆ ਤੱਕ ਨਹੀਂ ਗਏ ਨੇ, ਹਾਲਾਂਕਿ ਜਿਹੜੀ ਫਿਲਮ ਬਣਾਈ ਉਹਦੇ 'ਤੇ ਸਾਨੂੰ ਮਾਰਿਆ ਵੀ ਇੰਨੇ ਬੰਦੇ ਮਰ ਗਏ। ਨਹੀਂ, ਉੱਥੇ ਸ਼ਹੀਦ ਹੋਏ ਫੌਜੀ ਆਪਣੇ?
ਨਹੀਂ ਉਹਦੇ 'ਚ ਦਿਖਾਏ ਵੀ ਕਾਫੀ ਮਰ ਗਏ। ਅੱਛਾ ਜੀ। ਲੇਕਿਨ ਕੈਜੂਅਲਟੀਆਂ ਹੋਈਆਂ ਸਿਰਫ ਤਿੰਨ। ਤਿੰਨ ਸ਼ਹੀਦ ਹੋਏ ਫੌਜੀ ਜਵਾਨ ਆਪਣੇ? ਚਰਨਦਾਸ ਔਰ ਬਿਸ਼ਨਦਾਸ। ਅੱਛਾ ਜੀ। ਇਹ ਤਿੰਨ ਬੰਦੇ ਸ਼ਹੀਦ ਹੋਇਆ ਇੰਨੇ ਵੱਡੇ ਅਟੈਕ ਦੇ ਵਿੱਚ। ਉਹ ਵੀ ਜਿਹੜਾ ਬਿਸ਼ਨਦਾਸ ਸੀ ਉਹ ਕਹਿੰਦਾ ਉਸਤਾਦ ਮੈਂ ਨਾ ਬਾਊ ਜੀ ਮੈਂ ਨਾ ਉਹ ਮਾਈਨਾ ਲੈ ਕੇ ਆਵਾਂ, ਅਸੀਂ ਫਰੰਟ 'ਚ ਸੀ। ਮੈਂ ਕਿਹਾ ਫਿਰ ਬਹੁਤ ਆ ਰਿਹਾ। ਕਹਿੰਦਾ ਜੇ ਟੈਂਕ ਆ ਗਿਆ ਨਾ ਆਪਣੇ ਰੋਡ ਦੇ ਉੱਤੇ ਫਿਰ ਸਾਡਾ ਬਚਣਾ ਮੁਸ਼ਕਿਲ। ਮਾਈਨ ਵਿਛਾਉਣ ਕੇ ਰੱਖਣ ਗਏ ਸੀ ਉਹ? ਹਾਂ, ਐਂਟੀ ਟੈਂਕ ਮਾਈਨ ਕਹਿੰਦੇ ਉਹਨੂੰ, ਇਸ ਤਰ੍ਹਾਂ ਦੀ ਹੁੰਦੀ ਆ। ਹਾਂਜੀ। ਉਹ ਉਹਦੇ 'ਤੇ ਰਹਿੰਦਾ, ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਟੈਂਕ ਮਾਈਨਾ ਟੈਂਕ ਆ ਰਹੀ ਆ, ਐਂਟੀ ਟੈਂਕ ਮਾਈਨ। ਉਹਨਾਂ ਬ੍ਰਸ਼ਟ ਮਾਰਿਆ, ਉਹ ਸ਼ਹੀਦ ਹੋ ਗਿਆ। ਚਰਨਦਾਸ ਲੈਫਟ ਸਾਈਡ 'ਤੇ ਸੀ, ਉਹਨਾਂ ਦੇ ਫੈਰ 'ਚ ਉਹ ਮਾਰਿਆ ਗਿਆ। ਦੋ ਬਲਜੀਤ ਦੇ ਸਾਹਮਣੇ ਵੱਜ ਗਈ ਗੋਲੀ। ਤਿੰਨ ਸ਼ਹੀਦ ਹੋਇਆ, ਬਾਕੀ ਜਿੰਨਾ ਇਹਨਾਂ ਨੇ ਦਿਖਾਏ ਆ। ਜਿਹੜਾ ਉਹਨਾਂ ਨੇ ਇੱਕ ਭੈਰੂ ਸਿੰਘ ਦਿਖਾਇਆ ਵੀ ਉਹ ਕੈਪਟਨ ਹੈ, ਉਹ ਤਾਂ ਊਠਾਂ ਦਾ BSF ਦਾ ਨਾਇਕ ਸੀ। ਹੀ ਵਾਜ਼ ਨੋਟ ਦੇਅਰ, ਹੀ ਰੈਨ ਅਵੇ ਫਰੋਮ ਦਾ ਪੋਸਟ। ਮਤਲਬ ਫਿਲਮ ਦੇ ਵਿੱਚ ਮਸਾਲਾ ਲਾ ਕੇ ਦਿਖਾ ਦਿੱਤੀ ਫਿਲਮ, ਸੱਚਾਈ ਦਿਖਾਈ ਹੋਣੀ ਜੀ? ਮੈਂ ਕਿਹਾ ਜੀ ਦੇਗੀ ਮਿਰਚਾਂ ਔਰ ਬਾਕੀ ਸਾਰਾ ਸਮਾਨ ਲਾਇਆ ਵਾ। ਸਾਨੂੰ ਕੋਈ ਪੁੱਛੇ ਵੀ ਤੁਹਾਡਾ ਰੋਲ ਕਿਹੜਾ ਸੀ ਉੱਥੇ? ਸਾਨੂੰ ਤਾਂ ਕਿਸੇ ਨੇ ਪੁੱਛਿਆ, ਬਾਅਦ 'ਚ ਮੈਨੇ ਪੁੱਛਿਆ। ਤੁਹਾਡੇ ਕੋਲ ਆਏ ਨਹੀਂ ਕਦੀ ਭਾਈ ਸਿੰਘ ਸਾਹਿਬ, ਤੁਸੀਂ ਸਟੋਰੀ ਤਾਂ ਦੱਸੋ ਵਾਪਰਿਆ ਕੀ ਸੀ, ਪੁੱਛਿਆ ਹੀ ਨਹੀਂ ਤੁਹਾਨੂੰ? ਸਾਨੂੰ ਤਾਂ ਪੁੱਛਿਆ ਹੀ ਨਹੀਂ ਕਿਸੇ ਨੇ। ਹਾਂ, ਸਭ ਤੋਂ ਪਹਿਲਾਂ ਲੜਾਈ ਜਦ ਹੋ ਰਹੀ ਸੀ ਤਾਂ ਚੀਫ ਮਿਨਿਸਟਰ ਆਏ ਬਰਕਤੁੱਲਾ ਖਾਨ ਜੀ, ਉਹਨਾਂ ਦੀ ਮੈਡਮ ਆਈ ਨਾਲ, ਉਹਨਾਂ ਨੇ ਹੌਸਲਾ ਅਫਜਾਈ ਕੀਤੀ ਵੀ ਕੋਈ ਨਹੀਂ ਤੁਸੀਂ ਜੰਗ ਜਿੱਤ ਲਈ ਸਮਝੋ, ਵੀ ਮੈਂ ਹੁਣ ਚੀਫ ਮਿਨਿਸਟਰ ਰਾਜਸਥਾਨ ਦਾ ਅਤੇ ਜਵਾਨਾਂ ਨੇ ਲੜਿਆ, ਉਹਨਾਂ ਨੇ ਹੌਸਲਾ ਅਫਜਾਈ ਕੀਤੀ। ਉਸ ਤੋਂ ਬਾਅਦ ਚੀਫ ਮਿਨਿਸਟਰ ਦੀ ਮੈਡਮ ਇਕੱਲੀ ਆਈ, ਉਸ ਤੋਂ ਬਾਅਦ ਸੈਂਟਰ ਗੌਰਮੈਂਟ ਦਾ ਡਿਫੈਂਸ ਮਿਨਿਸਟਰ ਬਾਬੂ ਜਗਜੀਵਨ ਰਾਮ ਆਇਆ ਉੱਥੇ। ਬਾਕੀ ਇੱਥੋਂ ਤੱਕ ਸੀ, ਬਾਕੀ ਸਾਡੇ ਤਾਂ ਅਫਸਰ ਆਉਣੇ ਸੀ ਇੱਥੋਂ ਤੱਕ। ਸਾਡੇ ਕੋਲ UNO ਦੇ ਮੈਂਬਰ ਵੀ ਦੇਖਣ ਆਏ ਆ ਵੀ ਵਾਕਿਆ ਜਿਹੜੀ ਲੜਾਈ ਇੰਨੇ ਬਹਾਦਰ ਜਵਾਨਾਂ ਨੇ ਥੋੜ੍ਹਿਆਂ ਨੇ ਲੜੀ ਆ, ਹੁਣ UNO ਦਾ ਆਉਣਾ ਕੋਈ ਆਸਾਨ ਨਹੀਂ ਹੈ। UNO ਦੇ ਮੈਂਬਰ ਵੀ ਉੱਥੇ ਆਏ ਆ। ਤੁਸੀਂ ਉਹ ਜੰਗ ਦਾ ਅੱਖੀ ਹੇਠਾਂ ਹਾਲ ਕੋਈ ਕਿਤਾਬ 'ਚ ਲਿਖਿਆ ਜਿਸ 'ਚ ਲਿਖਣਾ ਚਾਹੁੰਦੇ ਹੋ ਅੱਗੇ ਵੀ ਕੋਈ ਲਿਖ ਜਾਈਏ ਇੱਦਾਂ ਦੀ ਗੱਲ ਵੀ ਅੱਗੇ ਯਾਦ ਰੱਖਣ, ਪੀੜ੍ਹੀਆਂ ਯਾਦ ਰੱਖੇ? ਪਤਾ ਕੀ ਆ, ਲਿਖੇ ਇਸ ਕਰਕੇ ਸਿਰਫ ਰਿਜੈਂਟਮੈਂਟ ਦੇ ਵਿੱਚ ਵੀ ਘੱਟੋ ਘੱਟ ਮੈਂ ਵੀ ਛੱਡ ਕੇ ਹਾਂ ਜਿਹੜਾ ਆਰਮੀ, ਤਾਂ ਡਿਊ ਟੂ ਰਿਜੈਂਟਮੈਂਟ ਹੋਣ ਲਈ ਕਿ ਵਾਈ ਵੀ ਆਰ ਨੋਟ ਕੰਸਿਡਰਡ ਫਾਰ ਦਾ ਅਵਾਰਡਸ, ਵਾਈ ਨੋਟ ਅਦਰਸ, ਫਿਰ ਉਹਦੇ ਨਾਲ ਮਨ ਤਾਂ ਦੁਖੀ ਹੁੰਦਾ ਨਾ। ਹਾਲਾਂਕਿ ਉੱਥੇ ਸਾਡੀ ਪੋਸਟ 'ਤੇ ਜਿਹੜੇ ਬੰਬ ਫਟੇ ਸੀ ਨਾ, ਉਹਨਾਂ ਦੇ ਬੰਬ ਦਾ ਛੈਲ ਸੀ ਇੱਕ ਕੋਈ ਹੋਊਗਾ 5-6 ਕਿਲੋ ਦਾ, ਇੱਕ 4-5 ਕਿਲੋ ਦਾ। ਉਹ ਵੀ ਮੈਨੂੰ ਕਹਿੰਦੇ ਵੀ ਤੂੰ ਆਪ ਲੈ ਕੇ ਆਏ, ਪਰ ਮੈਂ ਨਹੀਂ ਗਿਆ, ਮੈਂ ਦੂਸਰੇ ਜਵਾਨ ਨੂੰ ਭੇਜਤਾ। ਚਾਂਦਪੁਰੀ ਸਾਹਿਬ ਆਪ ਆਏ ਭੱਜੇ, ਕਹਿੰਦਾ ਦੋਸਤ ਮੈਂ ਤੈਨੂੰ ਕਿਹਾ ਲੈ ਕੇ ਆਏ ਤਾਂ ਤੂੰ ਆਪ ਕਿਉਂ ਨਹੀਂ ਲੈ ਕੇ ਫੜ? ਮੈਂ ਫਿਰ ਉਹ ਵੀ ਫੜ ਕੇ ਲੈ ਗਿਆ। ਸਾਡੇ ਕੋਲ ਨਿਸ਼ਾਨੀ ਹੈਗੀ ਆ, ਮੇਰੇ ਕੋਲ ਢੋਲੀ ਆ ਕਿ ਜਿਹਨਾਂ 'ਚੋਂ ਘੋਲਾ ਹੈ ਉਹ ਵੀ ਹੈਗੀ ਨਿਸ਼ਾਨੀ, ਪਰ ਜਿਹੜੇ ਉਹ ਛੈਲ ਸੀ ਉਹ ਵੀ ਅਸੀਂ ਹੈੱਡਕੁਆਟਰ ਨੂੰ ਭੇਜ ਦਿੱਤੇ ਆ ਵੀ ਲਓ ਜੀ ਆਹ ਸਾਡੇ 'ਤੇ ਹੋਇਆ ਪ੍ਰੋਗਰਾਮ, ਪਰ ਸਾਨੂੰ ਸਰਕਾਰ ਨੇ ਕਿਸੇ ਨੇ ਨਹੀਂ ਪੁੱਛਿਆ। ਨਹੀਂ ਜਿਹੜੇ ਇਹ ਪ੍ਰੋਗਰਾਮ ਹੈਗੇ ਇਹਨਾਂ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਆਖਰ 'ਚ ਆਪਾਂ ਜ਼ਿਆਦਾ ਲੰਬੀ ਨਾ ਕਰੀਏ ਗੱਲਬਾਤ ਕਿ ਇਹ ਪ੍ਰੋਗਰਾਮ ਰੱਖੇ ਗਏ ਆ, ਪ੍ਰੋਗਰਾਮ ਲਿਖੇ ਗਏ ਆ, ਨੌਜਵਾਨ ਬੜੇ ਉਤਸ਼ਾਹ ਦੇ ਨਾਲ ਆ ਰਹੇ ਆ, ਲੱਗਦਾ ਕਿ ਕੌਮ ਕਦੀ ਆਪਣੇ ਅਸਲ ਰੂਪ 'ਚ ਆ ਸਕੂਗੀ? ਜਿੱਦਾਂ ਦਾ ਮਾਹੌਲ ਆ, ਨਸ਼ੇ ਹੈ ਜਾਂ ਹੋਰ ਬਾਹਰ ਨੂੰ ਜਾ ਰਹੀ ਹੈ ਦੁਨੀਆ, ਕਿ ਉਹ ਅਸਲ ਰੂਪ ਕਦੀ ਖਾਲਸਾ ਖਾਲਸ ਰੂਪ ਜਿਹੜਾ ਸਿੱਖ ਰਾਜ ਸੀ ਜਿਹੜਾ ਉਸ ਤਰ੍ਹਾਂ ਸਰੂਪ ਬਣ ਸਕੂ? ਕਦੇ ਅਸੀਂ ਕਹਿੰਦੇ ਹਾਂ ਵੀ ਜੇ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਨਾ, ਚਲੋ ਮੰਨ ਲਓ ਮੈਂ ਵੀ ਨਹੀਂ ਅੰਮ੍ਰਿਤਧਾਰੀ ਹਾਂ ਲੇਕਿਨ ਮੈਂ ਨਾਲ ਹਾਂ, ਜੇ ਨਸ਼ਿਆਂ ਤੋਂ ਦੂਰ ਰਹਿਣ, ਕਈ ਵਾਰ ਮੇਰੀ ਹੁੰਦੀ ਨਾ ਗੱਲ, ਕਹਿੰਦੇ ਫਲਾਣ ਦਾ ਮੁੰਡਾ ਨਸ਼ਾ ਖਾ ਕੇ ਮਰ ਗਿਆ, ਅਸੀਂ ਕਹਿੰਦੇ ਵੀ ਵੇਚਣ ਵਾਲਾ ਵੇਚੀ ਜਾਵੇ, ਤੁਸੀਂ ਨਾ ਖਾਓ ਤੁਹਾਡੇ ਮੂੰਹ 'ਚੋਂ ਨਹੀਂ ਪਾ ਕੇ ਜਾਂਦੇ, ਨਾ ਖਾਓ ਨਸ਼ਾ, ਤੁਸੀਂ ਕੋਈ ਜ਼ਰੂਰੀ ਵੀ ਨਸ਼ਾ ਖਾਣਾ ਵੀ ਲੜ ਕੇ ਮਰੋ, ਨਸ਼ੇ ਨਾਲ ਤਾਂ ਟੀਕੇ ਨਾਲ ਤਾਂ ਨਾ ਮਰ ਜਾਓ, ਟੀਕੇ ਨਾਲ ਨਾ ਮਰੋ, ਕੁਛ ਕਰਕੇ ਮਰੋ, ਕੌਮ ਵਾਸਤੇ ਕੋਈ ਦੇਸ਼ ਵਾਸਤੇ ਕਰਕੇ ਮਰੋ। ਜੇ ਨਸ਼ਾ ਖਾ ਕੇ ਮਰ ਗਿਆ ਤਾਂ ਪੁੱਛੂਗਾ ਕੌਣ? ਮਾਂ ਰੋਂਦੀ ਰਹੂਗੀ ਜਿੰਨਾ ਜੰਮਿਆ ਪਾਲਿਆ, ਇੰਨਾ ਤਾਂ ਉਹਦਾ ਤਾਂ ਕੁਛ ਬਣਦਾ ਨਹੀਂ। ਇਸ ਕਰਕੇ ਅਸੀਂ ਕਹਿੰਦੇ ਵੀ ਨਸ਼ਿਆਂ ਤੋਂ ਬਿਲਕੁਲ ਦੂਰ ਹੋ। ਮੈਂ ਆਰਮੀ ਦੇ ਵਿੱਚ ਵੀ ਪਊਗਾ ਨਹੀਂ ਪੀਤਾ। ਅੱਛਾ ਜੀ।
ਮੈਂ ਸਰਵਿਸ ਲੈਵਲ ਦਾ ਸਪੋਰਟਸਮੈਨ ਦਾ ਫੁੱਟਬਾਲਰ ਹਾਂ, ਮੈਂ ਉੱਥੇ ਵੀ ਨਹੀਂ ਪੀਤੀ। ਕਹਿੰਦੇ ਫੌਜੀ ਤਾਂ ਸ਼ਾਮ ਨੂੰ ਜੇ ਪੈਗ ਲਾ ਕੇ ਨਾ ਪਹਿਣ, ਉਹਨੂੰ ਨੀਂਦ ਨਹੀਂ ਆਉਂਦੀ, ਵੀ ਆਦਤ ਇੱਦਾਂ ਦੀ ਬਣ ਜਾਂਦੀ। ਜੇ ਆਪਣੀ ਜਵਾਨੀ ਦਾ ਨਸ਼ਾ ਨਹੀਂ ਹੈ ਤਾਂ ਫਿਰ ਨਸ਼ਾ ਕੀ ਕਰੂੰ ਤੁਹਾਨੂੰ, ਨਸ਼ਾ ਹੋਣਾ ਚਾਹੀਦਾ ਜਵਾਨੀ ਦਾ। ਅਸੀਂ ਹੁਣ ਵੀ ਬੇਸ਼ੱਕ ਮੈਂ ਅਗਸਤ 'ਚ 80 ਸਾਲ ਦਾ ਹੋ ਜੂੰਗਾ, ਅਗਸਤ 'ਚ 31 ਸਾਲ ਦਾ ਹੋਊਗਾ, 10 ਅਗਸਤ ਨੂੰ 9 ਨੂੰ। ਮੈਂ ਅਜੇ ਵੀ ਕਹਿੰਦਾ ਵੀ ਮੈਂ, ਅਸੀਂ ਕਹਿ੣ਾ ਵੀ ਸਾਨੂੰ ਹੁਣ ਵੀ ਬਾਰਡਰ 'ਤੇ ਭੇਜੋ, ਅਸੀਂ ਜਾਵਾਂਗੇ ਦੇਸ਼ ਵਾਸਤੇ ਲੜਾਂਗੇ। ਸਾਨੂੰ ਪੁੱਛੇ ਕੋਈ ਨਾ ਪੁੱਛੇ, ਲੇਕਿਨ ਅਸੀਂ ਅਜੇ ਵੀ ਸਾਡੇ ਜਜ਼ਬਾ ਜਿਵੇਂ ਹੁਣ ਇਹ ਬਿਲਕੁਲ ਜੀ ਕਾਇਮ ਆ, ਇਹਨਾਂ ਨਹੀਂ ਛੋਟਾ, ਬਹੁਤ ਮਾਂ ਜੀ ਨੇ ਦੁੱਧ ਬਹੁਤ ਚੰਗਾਇਆ ਔਰ ਪਿਆਇਆ ਵੀ ਆ, ਖਵਾਇਆ ਵੀ ਆ। ਇਸ ਕਰਕੇ ਅਸੀਂ ਉਸ ਤੋਂ ਨਹੀਂ ਡਰਦੇ। ਅਸੀਂ ਕਹਿੰਦੇ ਜਿਹੜਾ ਇਹ ਮੋਰਚਾ ਆ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਯਾਦ ਕਰੂਗੀ ਸਿੱਖ ਕੌਮ, ਔਰ ਕਰਨਾ ਵੀ ਚਾਹੀਦਾ ਆ। ਜੇ ਕਿਤੇ ਮਹਾਰਾਜ, ਜੇ ਸਾਡੀਆਂ ਕੌਮ ਸਾਰੀ ਇਕੱਠੀਆਂ ਹੋ ਜਾਣਾ, ਜਥੇਬੰਦੀਆਂ, ਨਿਹੰਗ ਜਥੇਬੰਦੀਆਂ, ਸੰਪਰਦਾਵਾਂ, ਦੂਸਰਾ ਤੀਸਰਾ, ਕੌਣ ਅੜਬੂਗਾ? ਜਦ ਬਹੁਤ ਵੱਡਾ ਹੜ ਆਉਂਦਾ ਆ, ਹੜ ਦੇ ਅੱਗੇ ਛੋਟੀਆਂ ਛੋਟੀਆਂ ਟਾਹਣੀਆਂ ਟੂਣੀਆਂ ਦਰਖਤ 'ਤੇ ਰੁਕਦੇ ਆ, ਪੁਲ ਵੀ ਨਹੀਂ ਰੁਕਦੇ, ਲੈ ਜਾਂਦੇ ਰੋੜ ਕੇ। ਇਕੱਠੇ ਹੋਣ ਦੀ ਲੋੜ ਹੈ ਜੀ, ਅਗਰ ਇਕੱਠੇ ਹੋ ਜਾਣ ਤਾਂ ਕੋਈ ਨਹੀਂ ਰੋਕ ਸਕਦਾ ਇਹਨਾਂ ਨੂੰ, ਚਾਹੇ ਉਹ ਕੋਈ ਵੀ ਹੋਵੇ, ਨਹੀਂ ਸਿੱਖ ਕੌਮ ਨੂੰ ਰੋਕ ਸਕਦਾ। ਲੇਕਿਨ ਸਿੱਖ ਕੌਮ ਜਿਹੜੀਆਂ ਨਾ, ਇਹ ਐਂ ਹੋਣੀਆਂ ਚਾਹੀਦੀਆਂ ਪਹਿਲਾਂ। ਬਿਲਕੁਲ, ਬਹੁਤ ਸ਼ੁਕਰੀਆ ਵੀ ਆ। ਅਤੇ ਫਿਰ ਤਾਂ ਇਹਦੀ ਸੱਟ ਲੱਗੂਗੀ, ਇੱਕ ਮਾਰੋਗੇ ਤਾਂ ਨਹੀਂ ਲੱਗੂਗੀ, ਉਹ ਦੂਹਰੀ ਫੜ ਲੂਗਾ। ਜਦ ਐਂ ਹੋਊਗੀ ਨਾ, ਫਿਰ ਮਜ਼ਾ ਆਊਗਾ। ਅਸੀਂ ਤਾਂ ਕਹਿੰਦੇ ਮਜ਼ਾ ਆਉਣਾ ਚਾਹੀਦਾ, ਆਵੇ। ਜੇ ਜਵਾਨੀ ਦਾ ਹੀ ਨਸ਼ਾ ਨਹੀਂ ਹੈ ਕਿਸੇ ਬੰਦੇ ਨੂੰ, ਤਾਂ ਫਿਰ ਨਸ਼ੇ ਦਾ ਨਸ਼ਾ ਕੀ ਹੋਊਗਾ? ਉਹ ਤਾਂ ਉਹਨੂੰ ਮਾਰੂਗਾ। ਅਸੀਂ ਕਹਿੰਦੇ ਵੀ ਨਸ਼ੇ ਤੋਂ ਬਿਲਕੁਲ ਦੂਰ ਰਹੋ, ਤਾਂ ਮਜ਼ਾ। ਬਹੁਤ ਸ਼ੁਕਰੀਆ ਜੀ, ਅਤੇ ਤੁਹਾਨੂੰ ਬਹੁਤ ਸਨਮਾਨ ਵੀ ਅਸੀਂ ਤੁਹਾਡਾ ਕਰਦੇ ਹਾਂ, ਵੀ ਤੁਸੀਂ ਉਹ ਸਿੱਖਾਂ ਦੀ ਵੀ ਲਾਜ ਰੱਖੀ ਹੈ, ਕੌਮ ਦੀ ਵੀ ਲਾਜ ਰੱਖੀ ਹੈ, ਅਤੇ ਦੇਸ਼ ਦੀ ਵੀ ਪੱਤ ਬਚਾਈ ਹੈ। ਤੁਹਾਡਾ ਅਸੀਂ ਬਹੁਤ ਸਤਿਕਾਰ ਵੀ ਕਰਦੇ ਹਾਂ, ਅਤੇ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਲਈ ਵੀ ਸਮਾਂ ਦਿੱਤਾ ਜੀ। ਪੰਜਾਬ ਰੈਜੀਮੈਂਟ ਦੀ ਵੀ ਇੱਜ਼ਤ ਰੱਖੀ ਆ ਜੀ, ਕਿਉਂਕਿ ਸਿੱਖਾਂ ਦੀ ਵੀ ਪੱਤ ਰੱਖੀ ਆ, ਵੀ ਸਿੱਖ ਲੜਦੇ ਤਾਂ ਭੱਜਦੇ ਨਹੀਂ। ਨਾ, ਭੱਜਦੇ ਨਹੀਂ, ਅਸੀਂ ਨਹੀਂ ਭੱਜਦੇ, ਅਸੀਂ ਹੁਣ ਵੀ ਨਹੀਂ ਭੱਜਦੇ। ਬਹੁਤ ਸ਼ੁਕਰੀਆ ਸਰ, ਅਸੀਂ ਤਾਂ ਵਾਹਿਗੁਰੂ ਜੀ ਤੋਂ ਇਹੋ ਹੀ ਮੰਗਦੇ ਹਾਂ, ਕਿਸੇ ਨੇਤਾ ਤੋਂ ਜਾਂ ਸਰਕਾਰ ਤੋਂ ਕੁਛ ਨਹੀਂ ਮੰਗਦੇ। ਦੁਬਾਰਾ ਵੀ ਸਾਨੂੰ ਇਹੋ ਜਿਹੀ ਸੇਵਾ ਕਰਨ ਦਾ ਮੌਕਾ ਮਿਲੇ, ਅਸੀਂ ਵੀ ਜੇ ਕਾਇਮ ਹੈ, ਕਿਉਂ ਸਾਡੇ ਆਮ ਪਬਲਿਕ ਬਹੁਤ ਇੱਜ਼ਤ ਮਾਣ ਕਰਦੀ ਹੈ, ਪਰ ਹਾਕਮ ਨਹੀਂ ਕਰਦੇ, ਤਾਂ ਅਸੀਂ ਉਦੋਂ ਕੁਛ ਲੈਣੇ, ਉਹ ਤਾਂ ਖੁਦ ਮੰਗਦੇ ਆ। ਸਾਡੀਆਂ ਤਬੂਤਾਂ 'ਚੋਂ ਕਮਿਸ਼ਨ ਖਾ ਜਾਂਦੇ, ਉਹਨਾਂ ਦੇ ਢੱਡੀ ਨਹੀਂ ਭਰਦੇ, ਪਰ ਸਾਨੂੰ ਸਬਰ ਸੰਤੋਖ ਹੈ, ਸਾਨੂੰ ਬੜਾ ਕੁਝ ਮਹਾਰਾਜ ਨੇ ਦਿੱਤਾ, ਸਿਹਤ ਚੰਗੀ ਦਿੱਤੀ, ਸਿੱਖਾਂ ਦੇ ਘਰ ਜਨਮ ਦਿੱਤਾ, ਫਿਰ ਫੌਜ 'ਚ ਸੇਵਾ ਕਰਨ ਦਾ ਮੌਕਾ ਮਿਲਿਆ ਸਾਨੂੰ। ਅਸੀਂ ਵਾਰ ਵਾਰ ਕਹੀਆਂ ਸਾਡਾ ਵਾਰ ਵਾਰ ਜਨਮ ਹੋਵੇ, ਇਹੋ ਜਿਹੀ ਸੇਵਾ ਕਰਨ ਦਾ ਮੌਕਾ ਮਿਲੇ। ਵਾਹਿਗੁਰੂ ਜੀ ਕਾ ਖਾਲਸਾ। ਜਿਵੇਂ ਹੁਣ ਤੁਸੀਂ ਹੋ, ਤੁਸੀਂ ਜੇ ਸਾਡੇ ਪਿੱਛੇ ਖੜੇ ਹੋ, ਕੋਈ ਨਾ ਕਹੋ ਅਸੀਂ ਪਿੱਛੇ ਖੜੇ ਹਾਂ, ਤਾਂ ਸਾਡੇ 'ਚ ਕਿਹੜੀ ਜਵਾਨੀ ਨਹੀਂ ਆਊਗੀ? ਸਾਨੂੰ ਇੱਕ ਵਾਰ ਪਿੱਛੇ ਕਹਿ ਦਿਓ, ਸਰਦਾਰ ਜੀ ਕਹਿ ਦੇਣ, ਇਹ ਕਹਿ ਦੇਣ, ਵੀਰ ਕਹਿ ਦੇਣ, ਚਲੋ ਅੱਗੇ ਅਸੀਂ ਤੁਹਾਡੇ ਪਿੱਛੇ ਖੜੇ ਹਾਂ। ਜਦ ਤੁਸੀਂ ਸਾਡੇ ਪਿੱਛੇ ਖੜੇ ਤਾਂ ਅਸੀਂ ਅਗਲਿਆਂ ਨੂੰ ਕਿੱਥੇ ਜੀਣ ਦੇਵਾਂਗੇ? ਬਿਲਕੁਲ, ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ। ਸੋ ਬਿਲਕੁਲ, ਜਿੱਥੇ ਇਸ ਮੋਰਚੇ ਦੇ ਉੱਤੇ ਹਰ ਉਹ ਸਿੱਖ ਪਹੁੰਚਿਆ, ਤਾਂ ਉਹ ਫੌਜ ਦੇ ਜਵਾਨ ਵੀ ਆਏ ਜਿਨ੍ਹਾਂ ਨੇ ਲੌਂਗੇ ਵਾਲਾ ਪੋਸਟ ਦੇ ਉੱਤੇ ਪਾਕਿਸਤਾਨ ਦੀ ਫੌਜ ਨੂੰ ਧੂੜ ਚਟਾਈ ਸੀ, ਅਤੇ ਇੱਕ ਉਹ ਬਾਰਡਰ ਸੀ ਅਤੇ ਇੱਕ ਇਹ ਬਾਰਡਰ ਆ ਜਿੱਥੇ ਉਹੀ ਜਵਾਨ ਪਹੁੰਚੇ ਆ। ਸੋ ਉਹਨਾਂ ਦੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ, ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ। ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ, ਪੰਜਾਬੀ ਲੋਕ ਚੈਨਲ।